ਜਿੱਤਣ ਵਾਲੇ ਕਦੇ ਵੀ ਕੋਈ ਅਲੱਗ ਕੰਮ ਨਹੀਂ ਕਰਦੇ, ਬਲਕਿ ਉਹ ਹਰ ਕੰਮ ਨੂੰ ਅਲੱਗ ਅੰਦਾਜ਼ ਵਿੱਚ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਰੌਣਕ ਪੰਜਾਬ ਦੀ ਟੀਵੀ, ਅਤੇ ਮੈਂ ਅਰਪਣ ਲੈ ਕੇ ਹਾਜ਼ਰ ਹਾਂ ਤੁਹਾਡਾ ਪਿਆਰਾ ਪ੍ਰੋਗਰਾਮ ਜਿਹਦਾ ਨਾਮ ਹੈ ਜ਼ਿੰਦਗੀ ਦੇ ਸਫ਼ਰ 'ਚੋਂ। ਇਸ ਸਫ਼ਰ ਦੇ ਵਿੱਚ ਅੱਜ ਅਸੀਂ ਚਾਤ ਪਾਉਣੀ ਹੈ ਫੁੱਟਬਾਲ ਦੇ ਅਰਜੁਨ ਅਵਾਰਡੀ ਸਰਦਾਰ ਗੁਰਦੇਵ ਸਿੰਘ ਗਿੱਲ ਹੋਰਾਂ ਦੇ ਸਫ਼ਰ 'ਚ। ਮੈਂ ਰੌਣਕ ਪੰਜਾਬ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਨਾ ਟਾਈਮ ਕੱਢਿਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਬਹੁਤ ਬਹੁਤ ਧੰਨਵਾਦੀ ਹਾਂ ਰੌਣਕ ਪੰਜਾਬ ਦੀ ਜੀ ਆਇਆਂ ਨੂੰ। ਅਰਜੁਨ ਅਵਾਰਡ ਖੇਡ ਦੁਨੀਆ ਦਾ ਸਭ ਤੋਂ ਵੱਡਾ ਅਤੇ ਅਹਿਮ ਅਵਾਰਡ ਹੈ। ਗੁਰਦੇਵ ਸਿੰਘ ਗਿੱਲ ਤੀਸਰੇ ਪੰਜਾਬੀ ਸਨ ਜਿਨ੍ਹਾਂ ਨੂੰ 1978 ਵਿੱਚ ਇਸ ਅਵਾਰਡ ਦੇ ਨਾਲ ਸਨਮਾਨਿਆ ਗਿਆ। ਇਸ ਤੋਂ ਪਹਿਲਾਂ ਸਰਦਾਰ ਜਰਨੈਲ ਸਿੰਘ ਨੂੰ 1964 ਵਿੱਚ ਅਤੇ ਸਰਦਾਰ ਇੰਦਰਜੀਤ ਸਿੰਘ ਜੀ ਨੂੰ 1969 ਵਿੱਚ ਅਰਜੁਨ ਅਵਾਰਡ ਫੁੱਟਬਾਲ ਦੇ ਵਿੱਚ ਮਿਲਿਆ ਸੀ। ਬੜੇ ਦੁੱਖ ਦੀ ਗੱਲ ਹੈ ਕਿ ਹਾਲੇ ਤੱਕ ਇਸ ਲੜੀ ਦੇ ਵਿੱਚ ਚੌਥਾ ਨਾਮ ਨਹੀਂ ਜੁੜ ਸਕਿਆ। ਆਖਿਰ ਕੀ ਵਜ੍ਹਾ ਹੈ ਪਿੰਡਾਂ ਅਤੇ ਸ਼ਹਿਰਾਂ ਦੀ ਇਸ ਹਰਮਨ ਪਿਆਰੀ ਖੇਡ ਨੂੰ ਪੰਜਾਬ ਵਿੱਚ ਇੰਨੀ ਤਵੱਜੋ ਕਿਉਂ ਨਹੀਂ ਮਿਲੀ? ਮੈਂ ਸਮਝਦਾ ਕਿ ਸਾਡੀਆਂ ਸਰਕਾਰਾਂ ਜਾਂ ਸਾਡਾ ਜਿਹੜਾ ਸਿਸਟਮ ਆ, ਸਾਡੇ ਜਿਹੜੇ ਮਹਿਕਮੇ ਆ, ਉਹ ਉਸ ਤਰ੍ਹਾਂ ਤਵੱਜੋ ਨਹੀਂ ਦੇ ਰਿਹਾ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦਾ ਆ। ਜੋ ਮੈਂ ਬਾਹਰ ਜਾ ਕੇ ਦੇਖਿਆ, ਜੋ ਉਹਨਾਂ ਨੂੰ ਫੈਸਿਲਿਟੀਜ਼ ਆ, ਜੋ ਇੱਥੇ ਸਾਡੇ ਫੈਸਿਲਿਟੀ ਨਹੀਂ ਹੈ, ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਤਾਂ ਉਹਨਾਂ ਮੁਲਕਾਂ ਤੋਂ ਅਸੀਂ ਬਹੁਤ ਪਿੱਛੇ ਹਾਂ। ਡਾਇਟ ਪੱਖੋਂ ਵੀ ਅਸੀਂ ਬਹੁਤ ਪਿੱਛੇ ਹਾਂ। ਜਿੰਨੇ ਵੀ ਚੰਗੇ ਫੁੱਟਬਾਲਰ ਹੋਏ ਆ ਵਰਲਡ ਦੇ ਵਿੱਚ, ਉਹ ਇੱਕ ਨੋਰਮਲ ਫੈਮਿਲੀ 'ਚ ਹੋਏ ਆ, ਇੱਕ ਵੀ ਨਿਆਣਾ ਚੰਗੀ ਫੈਮਿਲੀ ਦਾ ਨਹੀਂ ਹੋਇਆ, ਕਿਉਂਕਿ ਉਹਨਾਂ ਨੂੰ ਬਚਪਨ 'ਚ ਫੈਸਿਲਿਟੀ ਮਿਲ ਜਾਂਦੀ ਆ, ਉਹਨਾਂ ਦੀ ਤਵੱਜੋ ਨਹੀਂ ਹੁੰਦੀ। ਜਿਹੜੇ ਗਰੀਬ ਘਰਾਂ ਦੇ ਨਿਆਣੇ ਆ, ਉਹ ਮਿਹਨਤ ਕਰਦੇ ਆ, ਮਿਹਨਤ ਕਰਨ ਦੇ ਨਾਲੇ ਬੋਡੀ ਵਧੀਆ ਬਣਦੀ ਆ, ਹੌਲੀ ਹੌਲੀ ਉਹਨੂੰ ਕਿਤੇ ਨਾ ਖੁਰਾਕ ਮਿਲਣ ਲੱਗ ਪੈਂਦੀ ਆ, ਉਹ ਤਕੜੇ ਹੋ ਕੇ ਚੰਗਾ ਫੁੱਟਬਾਲਰ ਖੇਡਣ ਲੱਗ ਪੈਂਦੇ ਆ। ਪਰ ਹਿੰਦੁਸਤਾਨ ਦੇ ਵਿੱਚ ਹੁਣ ਜੋ ਫੈਸਿਲਿਟੀਜ਼ ਆ, ਜਿੱਦਾਂ ਅੱਜ ਕੱਲ੍ਹ ਪਲੇਅਰ ਕਹਿੰਦੇ ਜੀ ਫੈਸਿਲਿਟੀਆਂ ਹੈ ਨਹੀਂ ਸਾਨੂੰ, ਮੈਂ ਮੰਨਦਾ ਕਿ ਫੈਸਿਲਿਟੀਆਂ ਹੈ ਨਹੀਂ, ਕੋਈ ਗੌਰਮੈਂਟ ਦਾ ਬਹੁਤਾ ਹੈ ਨਹੀਂ, ਜਿੰਨੇ ਕੁ ਜੋਗੀ ਹੈਗੀ ਉਹ ਕਰੀ ਜਾਂਦੀ ਆ। ਫੈਡਰੇਸ਼ਨਾਂ ਸਾਡੀਆਂ ਜਿਹੜੀਆਂ ਉਹ ਵੀ ਬਹੁਤਾ ਐਡਾ ਤਵੱਜੋ ਨਹੀਂ ਦਿੰਦੀਆਂ ਜਿੰਨੀਆਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਕਰਦੀਆਂ। ਜਦੋਂ ਤੁਹਾਨੂੰ ਫੈਸਿਲਿਟੀ ਚੰਗੀਆਂ ਮਿਲਣੀਆਂ, ਤੁਸੀਂ ਆਟੋਮੈਟਿਕਲੀ ਚੰਗੇ ਸਪੋਰਟਸਮੈਨ ਬਣ ਜਾਣਾ। ਉਹ ਸਾਡੇ ਹਾਲੇ ਘਾਟ ਆ, ਪਰ ਸਾਡੇ ਜ਼ਮਾਨੇ ਨਾਲੋਂ ਹੁਣ ਕਾਫੀ ਇੰਪਰੂਵਮੈਂਟ ਆ। ਪਰ ਬੱਚਿਆਂ 'ਤੇ ਵੀ ਡਿਪੈਂਡ ਕਰਦਾ, ਮਾਪਿਆਂ ਦੇ ਨਾਲ ਨਾਲ ਬੱਚਿਆਂ 'ਤੇ ਵੀ ਡਿਪੈਂਡ ਕਰਦਾ, ਉਹਨਾਂ ਨੇ ਕੀ ਕਰਨਾ। ਮਾਪਿਆਂ ਦਾ ਆ ਕਿ ਮਾਪਿਆਂ ਨੇ ਉਹਨੂੰ ਕਿਸ ਪਾਸੇ ਸੇਧ ਦੇਣੀ ਆ। ਤੁਸੀਂ ਦੇਖਦੇ ਆ ਯੂਥ ਕਿੰਨਾ ਖਰਾਬ ਹੋ ਰਿਹਾ ਸਾਡਾ, ਨਸ਼ਿਆਂ ਦੇ ਵਿੱਚ ਕਿੰਨਾ ਰੁਝਾਨ ਉਹਨਾਂ ਦਾ ਹੋ ਰਿਹਾ। ਉਹ ਇਹੀ ਆ ਕਿ ਗੌਰਮੈਂਟ ਜੇ ਉਹਨਾਂ ਨੂੰ ਇੰਪਲਾਇਮੈਂਟ ਦੇਵੇ, ਉਹਨਾਂ ਨੂੰ ਨੌਕਰੀਆਂ ਦੇਵੇ, ਤਾਂ ਉਹ ਬਿਲਕੁਲ ਇਸ ਪਾਸੇ ਨੂੰ ਨਾ ਜਾਣ। ਪ੍ਰੋਬਲਮ ਇਹ ਆ ਕਿ ਨੌਕਰੀਆਂ ਮਿਲਣੀ ਰਹੀਆਂ, ਹੋਰ ਕੋਈ ਫੈਸਿਲਿਟੀਜ਼ ਹੈ ਨਹੀਂ। ਇਸੇ ਕਰਕੇ ਸਾਡੇ ਜਿਹੜੇ ਮੁੰਡੇ ਆ, ਉਹ ਉੱਥੇ ਕਲਕੱਤੇ ਮੋੜ ਬਗਾਨ ਈਸਟ ਬੰਗਾਲ ਮਾਮਲਸ ਪੋਰਟੁਗਲ ਨੂੰ ਜਾਈ ਜਾਂਦੇ ਆ, ਲੱਖਾਂ ਰੁਪਈਆਂ ਦੇ ਉਹਨਾਂ ਦੇ ਕੰਟੈਕਟ ਆ। ਇੱਦਾਂ ਹੀ ਉਹ ਗੋਆ 'ਚ ਕਲੱਬਾਂ ਆ, ਚਲਚਲ ਬਦਲ ਹੋ ਗਈ, ਸਲਗੌਲ ਹੋ ਗਈ, ਡੈਂਪੂ ਹੋ ਗਈ, ਉਹਨਾਂ ਪਾਸੇ ਜਾ ਕੇ ਚੰਗੇ ਪਲੇਅਰ ਜਿਹੜੇ ਉੱਧਰ ਖੇਡਦੇ ਆ, ਉਹਦਾ ਪੰਜਾਬ ਨੂੰ ਨੁਕਸਾਨ ਹੁੰਦਾ। ਹੁਣ ਜਿੱਦਾਂ ਨੈਸ਼ਨਲ ਹੋਈ ਆ, ਮਿਜ਼ੋਰਮ ਦੇ ਨਾਲ ਫਾਈਨਲ ਸੀ ਅੰਡਰ 19 ਦਾ, ਉੱਥੇ ਅਸੀਂ ਗੋਲ 'ਤੇ ਲੀਡ ਕਰਦੇ ਸੀਗੇ। ਸਾਡੇ ਡਿਸਿਪਲਿਨ ਕਰਕੇ ਉਹ ਨਿਆਣਿਆਂ ਤੋਂ ਦੋ ਸਾਡੇ ਬੰਦੇ ਕਾਰਡ ਲੈ ਕੇ ਰੈੱਡ ਕਾਰਡ ਬਾਹਰ ਹੋ ਗਏ, ਔਰ ਸਾਡੇ 9 ਬੰਦੇ ਖੇਡਣ ਦੇ ਨਾਲ ਅਸੀਂ ਉਹ ਗੋਲ ਇਕੁਅਲਾਈਜ਼ ਕਰਕੇ ਗੋਲ 2-1 ਤੇ ਅਸੀਂ ਹੁਣੇ ਆ ਇੱਕ ਹਫ਼ਤਾ ਪਹਿਲਾਂ ਹਾਰੇ ਹਾਂ। ਸਰਦਾਰ ਗੁਰਦੇਵ ਸਿੰਘ ਗਿੱਲ ਹੋਰਾਂ ਦਾ ਜਨਮ 20/4/1950 ਨੂੰ ਪਿੰਡ ਖੈਰੜ ਅਸਚਰ, ਜੋ ਕਿ ਕਸਬਾ ਮਾਲਪੁਰ ਦੇ ਨੇੜੇ ਪੈਂਦਾ ਹੈ। ਮਾਲਪੁਰ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਹ ਉਹ ਕਸਬਾ ਹੈ ਜਿਸ ਨੂੰ ਫੁੱਟਬਾਲ ਖੇਡਣ ਵਾਲਿਆਂ ਦਾ ਮੱਕਾ ਮੰਨਿਆ ਜਾਂਦਾ ਹੈ। ਸਰਦਾਰ ਗੁਰਦੇਵ ਸਿੰਘ ਹੋਰਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਕੁਸ਼ਤੀ ਦੇ ਬਹੁਤ ਹੀ ਸ਼ੌਕੀਨ ਸਨ ਅਤੇ ਫੁੱਟਬਾਲ ਦੇ ਖਿਡਾਰੀ ਸਨ। ਉਹਨਾਂ ਨੇ ਉਸ ਸਮੇਂ ਕਸਬਾ ਮਾਲਪੁਰ 'ਚ ਹੋਣ ਵਾਲਾ ਫੁੱਟਬਾਲ ਟੂਰਨਾਮੈਂਟ ਮੈਂਗੋ ਸੀਜ਼ਨ ਵੀ ਜਿੱਤਿਆ, ਪਰ ਉਸ ਸਮੇਂ ਫੁੱਟਬਾਲ ਕੇਵਲ ਪੇਂਡੂ ਖੇਤਰਾਂ ਤੱਕ ਹੀ ਸੀਮਤ ਸੀ, ਜਿਸ ਕਰਕੇ ਉਹ ਇਸ ਨੂੰ ਉੱਚੇ ਲੈਵਲ 'ਤੇ ਖੇਡਣ ਦੀ ਆਪਣੀ ਤਾਂਘ ਨੂੰ ਪੂਰਾ ਨਹੀਂ ਕਰ ਸਕੇ। ਪਰ ਜਦ ਕਦੇ ਵੀ ਉਹ ਆਪਣੇ ਪੁੱਤਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਦੇ ਹੋਏ ਦੇਖਦੇ ਤਾਂ ਉਹਨਾਂ ਨੂੰ ਬਹੁਤ ਹੀ ਖੁਸ਼ੀ ਹੁੰਦੀ।
ਗੁਰਦੇਵ ਸਿੰਘ ਗਿੱਲ ਹੋਣਾ ਨੇ ਫੁੱਟਬਾਲ ਸਕੂਲੀ ਜ਼ਿੰਦਗੀ ਤੋਂ ਖੇਡਣਾ ਸ਼ੁਰੂ ਕੀਤਾ ਅਤੇ ਫਿਰ ਕਾਲਜ ਲੈਵਲ ਅਤੇ ਯੂਨੀਵਰਸਿਟੀ ਤੱਕ ਵੀ ਖੇਡਿਆ। ਗੁਰਦੇਵ ਸਿੰਘ ਗਿੱਲ ਹੋਣਾ ਨੇ 19 ਸਾਲ ਦੀ ਉਮਰ ਵਿੱਚ ਜਲੰਧਰ ਲੀਡਰ ਕਲੱਬ ਨੂੰ ਜੁਆਇਨ ਕਰ ਲਿਆ ਅਤੇ ਫਿਰ ਉਸ ਦੇ ਵਿੱਚ ਫੁੱਟਬਾਲ ਖੇਡ ਕੇ ਕਈ ਤਗਮੇ ਆਪਣੇ ਨਾਮ ਕੀਤੇ। ਮੇਰਾ ਨਾਂ ਗੁਰਦੇਵ ਸਿੰਘ ਗਿੱਲ ਹੈ। ਮੇਰੇ ਪਿਤਾ ਜੀ ਦਾ ਨਾਂ ਸਰਦਾਰ ਕਿਸ਼ਨ ਸਿੰਘ ਗਿੱਲ, ਮੇਰੇ ਮਾਤਾ ਜੀ ਜਿਨ੍ਹਾਂ ਦੇ ਕੁੱਖੋਂ ਮੈਂ ਪੈਦਾ ਹੋਇਆ, ਸ਼੍ਰੀਮਤੀ ਚੰਨਣ ਕੌਰ, ਔਰ ਮੈਂ ਪਿੰਡ ਖੈਰੜ ਛਰਵਾਲ ਜਿਹੜਾ ਕਿ ਮਾਲਪੁਰ ਦੇ ਇਲਾਕੇ 'ਚ ਆ, ਫੁੱਟਬਾਲ ਦਾ ਗੜ੍ਹ ਆ ਜਿਹੜਾ, ਮੈਂ ਉੱਥੇ ਪੈਦਾ ਹੋਇਆ। ਮੇਰੇ ਡੇਟ ਆਫ ਬਰਥ ਜਿਹੜੀ ਆ, ਮੈਂ 20/4/1950 ਨੂੰ ਪੈਦਾ ਹੋਇਆ ਸੀ। ਉਸ ਤੋਂ ਬਾਅਦ ਮੈਂ ਆਪਣੇ ਪਿੰਡ ਦੇ ਸਕੂਲੇ ਖੇਡਿਆ, ਚੌਂਹਠ ਪੈਂਹਠ 'ਚ ਮੈਂ ਸਕੂਲ 'ਚ ਖੇਡਣਾ ਸ਼ੁਰੂ ਕਰ ਦਿੱਤਾ ਸੀਗਾ। 66-67 ਦੇ ਵਿੱਚ ਮੈਂ ਰਾਜਪੂਤ ਹਾਈ ਸਕੂਲ ਬਿੰਜੋਂ, ਜਿਹੜਾ ਕਿ 10 ਕੁ ਕਿਲੋਮੀਟਰ 'ਤੇ ਹੈ, ਉੱਥੇ ਖੇਡਣਾ ਸ਼ੁਰੂ ਕੀਤਾ। 9ਵੀਂ 10ਵੀਂ 'ਚ ਮੈਂ ਉੱਥੇ ਖੇਡਿਆ। 67 ਦੇ ਵਿੱਚ ਮੈਂ ਕਾਲਜ ਚਲਾ ਗਿਆ। 67 ਦੇ ਵਿੱਚ ਕਾਲਜ ਤੋਂ ਬਾਅਦ ਮੈਂ ਥੋੜ੍ਹੇ ਚਿਰ ਲਈ ਆਰਮੀ ਦੇ ਵਿੱਚ ਸਿੱਖ ਸੈਂਟਰ ਮੇਰਠ ਜਾ ਕੇ ਭਰਤੀ ਹੋ ਗਿਆ, ਔਰ ਕੋਈ 8-9 ਮਹੀਨੇ ਉੱਥੇ ਰਹਿਣ ਦੇ ਬਾਅਦ ਮੈਂ ਫਿਰ ਨੌਕਰੀ ਛੱਡ ਦਿੱਤੀ ਆਰਮੀ ਦੀ। ਉਸ ਦੇ ਬਾਅਦ ਵੀ ਮੈਂ ਖਾਲਸਾ ਕਾਲਜ ਮਾਹਲਪੁਰ ਪੜ੍ਹਨਾ ਸ਼ੁਰੂ ਕਰ ਦਿੱਤਾ, ਔਰ ਉਹਦੇ ਨਾਲ ਨਾਲ ਮੈਂ ਉਹ ਕਾਲਜ ਦੇ ਲਈ ਖੇਡਿਆ, ਉਹਦਾ ਕੈਪਟਨ ਬਣਿਆ, ਯੂਨੀਵਰਸਿਟੀ ਖੇਡਿਆ 4 ਸਾਲ, ਯੂਨੀਵਰਸਿਟੀ ਦਾ ਕੈਪਟਨ ਬਣਿਆ, ਕਾਲਜ ਕਲਰ ਮਿਲਿਆ, ਯੂਨੀਵਰਸਿਟੀ ਕਲਰ ਮਿਲਿਆ, ਉਸ ਤੋਂ ਬਾਅਦ ਫਿਰ ਨੈਸ਼ਨਲ ਖੇਡਿਆ। ਮੈਂ ਪਹਿਲਾ ਹੀ ਹਿੰਦੁਸਤਾਨੀ ਆ ਜਿਹੜਾ 19 ਸਾਲ ਦੇ ਵਿੱਚ ਆਪਣੀ ਕੰਟਰੀ ਲਈ ਖੇਡਣ ਲੱਗ ਗਿਆ ਸੀ। ਪ੍ਰੈਪ ਦੇ ਵਿੱਚ ਪੜ੍ਹਦਾ ਸੀ ਮੈਂ ਖਾਲਸਾ ਕਾਲਜ ਮਾਲਪੁਰ, ਜਦੋਂ ਮੈਂ ਲੀਡਰ ਕਲੱਬ ਜੁਆਇਨ ਕਰ ਲਈ, ਔਰ ਉਸ ਤੋਂ ਬਾਅਦ ਮੈਂ ਲਗਾਤਾਰ 70 ਤੋਂ ਲੈ ਕੇ 80 ਤੱਕ ਹਿੰਦੁਸਤਾਨ ਲਈ ਖੇਡਿਆ। 3 ਸਾਲ ਮੈਂ ਹਿੰਦੁਸਤਾਨ ਦਾ ਕਪਤਾਨ ਰਿਹਾ। ਉਸ ਤੋਂ ਬਾਅਦ ਮੈਂ 1978 ਦੇ ਵਿੱਚ ਅਰਜਨ ਅਵਾਰਡ, ਜਿਹੜਾ ਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਸਪੋਰਟਸ ਦਾ ਅਵਾਰਡ ਆ, ਉਹ ਪ੍ਰਾਪਤ ਕੀਤਾ। ਉਸ ਤੋਂ ਬਾਅਦ 85 ਦੇ ਵਿੱਚ ਪੰਜਾਬ ਗੌਰਮੈਂਟ ਨੇ ਮੈਨੂੰ ਆਪਣਾ ਸਟੇਟ ਦਾ ਬੈਸਟ ਅਵਾਰਡ, ਜਿਹੜਾ ਮਹਾਰਾਜਾ ਰਣਜੀਤ ਸਿੰਘ ਅਵਾਰਡ, ਦੇ ਕੇ ਸਨਮਾਨਿਤ ਕੀਤਾ। ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ, ਦਿੱਲੀ ਜਰਨਲਿਸਟ ਐਸੋਸੀਏਸ਼ਨ ਨੇ ਮੈਨੂੰ ਫੁੱਟਬਾਲ ਆਫ ਦਾ ਮਿਲੇਨੀਅਮ 2000 'ਚ ਅਵਾਰਡ ਦਿੱਤਾ। ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਅਵਾਰਡ ਆ, ਪ੍ਰੈਜੀਡੈਂਟ ਪੁਲਿਸ ਮੈਡਲ ਫਾਰ ਮੈਟੋਰੀਅਲ ਸਰਵਿਸ, ਉਹ 2000 ਦੇ ਵਿੱਚ ਮੈਨੂੰ ਮਿਲਿਆ DGP ਪੰਜਾਬ ਵੱਲੋਂ, ਪ੍ਰੈਜੀਡੈਂਟ ਆਫ ਇੰਡੀਆ ਨੇ ਦਿੱਤਾ ਸੀ। ਤਾਂ ਉਸ ਤੋਂ ਬਾਅਦ ਲਗਾਤਾਰ ਮੈਂ ਚੱਲਦਾ ਰਿਹਾ। ਪੰਜਾਬ ਪੁਲਿਸ ਦੇ ਵਿੱਚ ਕੋਈ ਮੈਂ 18-20 ਸਾਲ ਫੁੱਟਬਾਲ ਖੇਡਿਆ। ਪੰਜਾਬ ਲਈ ਮੈਂ 10 ਕੁ ਸਾਲ ਫੁੱਟਬਾਲ ਖੇਡਿਆ। ਹਿੰਦੁਸਤਾਨ ਲਈ ਮੈਂ 10 ਸਾਲ ਫੁੱਟਬਾਲ ਖੇਡਿਆ। 70 ਤੋਂ 80 ਤੱਕ ਜਿਹੜਾ ਮੇਰਾ ਸਪੋਰਟਸ ਕੈਰੀਅਰ ਆ, ਉਹ ਸਾਰਾ ਸਪੋਰਟਸ ਦੇ ਵਿੱਚ ਸੀ। ਉਸ ਤੋਂ ਬਾਅਦ ਮੈਂ ਪੰਜਾਬ ਪੁਲਿਸ ਦਾ ਕੋਚ ਲੱਗ ਗਿਆ। ਉਸ ਤੋਂ ਬਾਅਦ ਮੈਂ ਉਹਦਾ ਮੈਨੇਜਰ ਬਣ ਗਿਆ। ਫਿਰ ਮੈਂ ਉਹਦੇ ਬਾਅਦ ਸਪੋਰਟਸ ਸੈਕਟਰੀ ਰਿਹਾ। ਲਾਸਟ 'ਤੇ ਆ ਕੇ ਮੈਂ ਕੋਈ 24-25 ਸਾਲ ਸਰਵਿਸ ਕਰਨ ਤੋਂ ਬਾਅਦ 2008 ਦੇ ਵਿੱਚ ਐਜ਼ ਏ ਕਮਾਂਡੈਂਟ ਟ੍ਰੇਨਿੰਗ ਰਿਟਾਇਰ ਹੋਇਆ। ਸਰਦਾਰ ਗੁਰਦੇਵ ਸਿੰਘ ਗਿੱਲ ਨੇ 12ਵੀਂ ਖਾਲਸਾ ਕਾਲਜ ਮਾਲਪੁਰ ਤੋਂ ਕੀਤੀ। ਉਸ ਸਮੇਂ 12ਵੀਂ ਦੀ ਪੜ੍ਹਾਈ ਨੂੰ FA ਕਹਿੰਦੇ ਸਨ। ਉਸ ਤੋਂ ਬਾਅਦ ਉਹ 1972 ਵਿੱਚ ਵੈਨਕੂਵਰ ਚਲੇ ਗਏ ਅਤੇ ਉੱਥੇ ਜਾ ਕੇ ਗੁਰਦੇਵ ਕੌਰ ਦੇ ਨਾਲ ਵਿਆਹ ਕਰਵਾਇਆ ਅਤੇ 6 ਮਹੀਨੇ ਬਾਅਦ ਫਿਰ ਵਾਪਸ ਪੰਜਾਬ ਆ ਗਏ। ਇੱਥੇ ਆ ਕੇ ਸ਼੍ਰੀਮਤੀ ਜੀ ਨੇ ਟੀਚਰ ਦੀ ਨੌਕਰੀ ਕੀਤੀ ਅਤੇ ਗੁਰਦੇਵ ਸਿੰਘ ਗਿੱਲ ਹੋਰਾਂ ਨੇ ਕਈ ਤਗਮੇ ਅਤੇ ਕਈ ਮੈਡਲ ਅਤੇ ਕਈ ਸਨਮਾਨ ਆਪਣੇ ਨਾਮ ਫੁੱਟਬਾਲ ਦੀ ਖੇਡ ਵਿੱਚ ਕਰਵਾਏ। ਦੋਹਾਂ ਨੇ ਬੱਚਿਆਂ ਦੀ ਬਾਖੂਬੀ ਪਾਲਣਾ ਅਤੇ ਪਰਵਰਿਸ਼ ਕੀਤੀ। ਗੁਰਦੇਵ ਸਿੰਘ ਗਿੱਲ ਦੱਸਦੇ ਨੇ ਕਿ ਸ਼੍ਰੀਮਤੀ ਦੇ ਹੁੰਦਿਆਂ ਉਹਨਾਂ ਨੂੰ ਕਦੇ ਕੋਈ ਪਰਵਾਹ ਨਹੀਂ ਹੁੰਦੀ ਸੀ। ਚਾਹੇ ਉਹ ਵਿਦੇਸ਼ ਖੇਡਣ ਵੀ ਗਏ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਸ਼੍ਰੀਮਤੀ ਜੀ ਨੇ ਘਰ ਨੂੰ ਬਹੁਤ ਵਧੀਆ ਸੰਭਾਲੀ ਰੱਖਿਆ ਹੋਇਆ। ਉਹ ਕਹਿੰਦੇ ਨੇ ਕਿ ਚਾਹੇ ਉਹਨਾਂ ਦੇ ਘਰ ਕਿੰਨੇ ਵੀ ਖਿਡਾਰੀ, ਦੋਸਤ, ਟ੍ਰੇਨਰ ਆ ਜਾਂਦੇ, ਸ਼੍ਰੀਮਤੀ ਜੀ ਨੇ ਕਦੇ ਵੀ ਮੱਥੇ ਵੱਟ ਨਹੀਂ ਪਾਇਆ। ਹੱਸਦੇ ਚਿਹਰੇ ਨਾਲ ਹਰ ਇੱਕ ਨੂੰ ਜੀ ਆਇਆਂ ਨੂੰ ਆਖਦੇ ਅਤੇ ਰੋਟੀ ਪਾਣੀ ਤਿਆਰ ਕਰਕੇ ਖਵਾਉਂਦੇ। ਗੁਰਦੇਵ ਸਿੰਘ ਗਿੱਲ ਹੋਰਾਂ ਨੇ ਸਾਨੂੰ ਭਾਵੁਕ ਹੁੰਦਿਆਂ ਦੱਸਿਆ ਕਿ 1995 ਵਿੱਚ ਸ਼੍ਰੀਮਤੀ ਜੀ ਉਹਨਾਂ ਦੀ ਜ਼ਿੰਦਗੀ ਵਿੱਚ ਨਾ ਪੂਰਾ ਹੋਣ ਵਾਲਾ ਕਾਟਾ ਦੇ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। Thank you.
ਲਾਈਫ ਪਾਰਟਨਰ ਦੇ ਬਿਨਾਂ ਲਾਈਫ ਜਿਹੜੀ ਆ ਅਧੂਰੀ ਹੋ ਜਾਂਦੀ ਆ। ਤਾਂ ਕੋਸ਼ਿਸ਼ ਕੀਤੀ ਮੈਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਦੀ, ਉਹਨਾਂ ਦੀ ਚੰਗੀ ਪਰਵਰਿਸ਼ ਕਰਨ ਦੀ, ਕਿਉਂਕਿ ਮੇਰੀ ਮੈਡਮ ਆਪ ਹੈੱਡ ਟੀਚਰ ਸੀ, ਉਹ ਇਹੀ ਕਹਿੰਦੀ ਹੁੰਦੀ ਸੀ ਕਿ ਬੱਚਿਓ ਲੋਕ ਇਹ ਨਾ ਕਹਿਣ ਵੀ ਆ ਗੁਰਦੇਵ ਤਾਂ ਗੁਰਦੇਵ ਕੌਰ ਦੇ ਨਿਆਣੇ ਆ, ਲੋਕ ਇਹ ਕਹਿਣ ਕਿ ਆ ਲੜਕੇ ਗੁਰਦੇਵ ਤਾਂ ਗੁਰਦੇਵ ਕੌਰ ਦੇ ਨਹੀਂ, ਆ ਸੁਰਜੀਤ ਗਿੱਲ ਦੇ ਔਰ ਅਜੀਤ ਪਰ ਗਿੱਲ ਦੇ ਮਾਂ ਪੇ ਆ, ਮਾਂ ਪੇ ਨੂੰ ਯਾਦ ਕਰਕੇ ਨਾ ਸਾਨੂੰ ਯਾਦ ਕਰਨ, ਬੱਚਿਆਂ ਨੂੰ ਯਾਦ ਕਰਕੇ ਕਹਿਣ ਪਏ ਬੱਚਿਆਂ ਦੇ ਇਹ ਮਾਂ ਪੇ ਆ, ਇੱਦਾਂ ਦੇ ਬਣੇ। ਸੋ ਬੱਚੇ ਮੇਰੇ ਬੜਾ ਵਧੀਆ ਪੜ੍ਹੇ, ਬੜਾ ਖਾਲਸਾ ਕਾਲਜ ਜਲੰਧਰ ਤੋਂ ਬੀ ਐੱਸ ਸੀ ਓਨਰ ਕਰਕੇ ਇੱਥੇ ਪੁਲਿਸ ਸਬ ਇੰਸਪੈਕਟਰ ਭਰਤੀ ਹੋਇਆ ਪ੍ਰੋਬੇਸ਼ਨਰ, ਉਸ ਤੋਂ ਬਾਅਦ ਅੱਜ ਕੱਲ੍ਹ ਵੀ ਕਨੇਡਾ ਪੁਲਿਸ ਦੇ ਵਿੱਚ ਪੁਲਿਸ ਆਫਿਸਰ ਆ, ਛੋਟਾ ਇੰਗਲੈਂਡ ਆਪਣੀ ਭੂਆ ਜੀ ਕੋਲ ਇੰਜੀਨੀਅਰਿੰਗ ਕਰਕੇ ਉਹ ਵੀ ਉੱਥੇ ਚਲਾ ਗਿਆ। ਮੈਂ ਬਿੱਟੂ ਕਹਿੰਦਾ ਉਹਨੂੰ, ਬੜੇ ਨੂੰ ਸੁਰਜੀਤ ਨੂੰ, ਛੋਟੇ ਨੂੰ ਛੋਟੂ ਕਹਿੰਦਾ ਅਜੀਤਪਾਲ ਸਿੰਘ ਨੂੰ, ਔਰ ਬੜੇ ਵਧੀਆ ਲਾਈਫ ਉੱਥੇ ਉਹ ਆਪਣੇ ਕਰ ਰਿਹਾ। ਵਾਈਫ ਦੇ ਬਿਨਾਂ ਬੜਾ ਔਖਾ, ਲਾਈਫ ਦੇ ਵਿੱਚ ਬੜੇ ਰਿਸ਼ਤੇ ਆ, ਮਾਂ ਪਿਓ ਤੋਂ ਲੈ ਕੇ ਭੈਣ ਭਰਾ ਸੱਸ ਸਹੁਰੇ, ਲੇਕਿਨ ਲਾਈਫ ਪਾਰਟਨਰ ਇੱਕ ਜਣੇ ਨੂੰ ਕਹਿੰਦੇ ਆ, ਉਹ ਆ ਵਾਈਫ। ਤੋ ਵਾਈਫ ਦੇ ਬਿਨਾਂ ਬੜਾ ਔਖਾ ਸਫ਼ਰ ਆ, ਪਰ ਕੱਟ ਰਿਹਾ। ਬੱਚੇ ਬੜੇ ਪਿਆਰ ਕਰਦੇ ਆ, ਬੜੇ ਬੜੇ ਬੱਚੇ ਸੈਂਸੀਬਲ ਆ, ਉਹ ਮਹਿਸੂਸ ਕਰਦੇ ਆ ਵੀ ਸਾਡੇ ਫਾਦਰ ਨੇ ਸੈਕਿੰਡ ਮੈਰਿਜ ਸਾਡੇ ਕਰਕੇ ਨਹੀਂ ਕੀਤੀ, ਇਸ ਕਰਕੇ ਉਹ ਕਾਫੀ ਰਿਸਪੈਕਟ ਕਰਦੇ ਆ। ਔਰ ਜਿੱਦਾਂ ਦਾ ਰੁਝਾਨ ਆ, ਮੈਂ ਕਾਫੀ ਸਾਲਾਂ ਤੋਂ ਉਹਨਾਂ ਕੋਲ ਜਾਂਦਾ, ਹਰ ਸਾਲ 5-6 ਮਹੀਨੇ ਉੱਥੇ ਰਹਿੰਦਾ, 5-6 ਮਹੀਨੇ ਇੱਥੇ ਰਹਿੰਦਾ, ਸਰਦੀਆਂ 'ਚ ਮੈਂ ਉੱਧਰ ਚਲ ਜਾਂਦਾ, ਗਰਮੀਆਂ 'ਚ ਮੈਂ ਇੱਧਰ ਆ ਜਾਂਦਾ, ਲੇਕਿਨ ਵਾਈਫ ਦੇ ਬਿਨਾਂ ਲਾਈਫ ਇਜ਼ ਹੋਰੇਬਲ। ਬੜਾ ਤੁਸੀਂ ਦੁਖਦਾ ਜਿਹਾ ਕੁਐਸਚਨ ਕੀਤਾ, ਬੜਾ ਔਖਾ ਵਾਈਫ ਦੇ ਬਿਨਾਂ ਜੀਣਾ, ਪਰ ਉਹ ਬੱਚਿਆਂ ਕਰਕੇ, ਬੱਚੇ ਬਹੁਤ ਵਧੀਆ, ਹਾਲੇ ਤੱਕ ਸ਼ਰਾਬ ਤੱਕ ਹੀ ਉਹਨੇ ਕਦੀ ਬੀਅਰ ਵੀ ਨਹੀਂ ਪੀਤੀ, ਔਰ ਉਹਨਾਂ ਦੇ ਬੱਚੇ ਬੜੇ ਹੋਣ ਆ ਰਿਹਾ। ਤਾਂ ਮੈਂ ਸਮਝਦਾ ਕਿ ਬਾਕੀ ਜਿਹੜੇ ਥੋੜ੍ਹੇ ਸਾਲ ਆ ਚੰਗੀ ਤਰ੍ਹਾਂ ਨਿਕਲ ਹੀ ਜਾਊਗੇ, ਪਰ ਕਨੇਡਾ ਦੇ ਵਿੱਚ ਜਿੱਦਾਂ ਦਾ ਮਾਹੌਲ ਬਣੀ ਜਾਂਦਾ, ਮੈਨੂੰ ਵੀ ਬਾਅਦ ਵੇਲੇ ਡਰ ਲੱਗਣ ਲੱਗ ਪੈਂਦਾ ਕਿਤੇ ਸਾਡੇ ਵੱਲ ਨਾ ਹਵਾ ਹੋ ਜਾਵੇ। ਖੇਡ ਦੇ ਸ਼ੁਰੂਆਤੀ ਦਿਨਾਂ ਵਿੱਚ ਗਿੱਲ ਸਾਹਿਬ ਅਤੇ ਉਹਨਾਂ ਦੇ ਤਾਇਆ ਜੀ ਦਾ ਲੜਕਾ ਮਨਜੀਤ ਸਿੰਘ ਦੋਵੇਂ ਇਕੱਠੇ ਟੂਰਨਾਮੈਂਟ ਖੇਡਣ ਜਾਇਆ ਕਰਦੇ ਸਨ। ਗਿੱਲ ਸਾਹਿਬ ਦਾ ਕਹਿਣਾ ਹੈ ਕਿ ਫੁੱਟਬਾਲ ਦੀ ਖੇਡ ਵਿੱਚ ਬੇਸ਼ੱਕ ਉਹ ਆਪਣੇ ਪਿਤਾ ਜੀ ਨੂੰ ਦੇਖ ਕੇ ਜਾਂ ਕਹਿ ਲਓ ਸ਼ੌਕੀਆ ਤੌਰ 'ਤੇ ਹੀ ਆਏ ਸਨ, ਪਰ ਜਦੋਂ ਕਾਲਜ ਸਮੇਂ ਅਰਜੁਨ ਅਵਾਰਡੀ ਸਰਦਾਰ ਜਰਨੈਲ ਸਿੰਘ ਉਹਨਾਂ ਨੂੰ ਫੁੱਟਬਾਲ ਦੇ ਗੁਰ ਸਿਖਾਉਣ ਆਇਆ ਕਰਦੇ ਸਨ ਤਾਂ ਲੋਕ ਉਹਨਾਂ ਦਾ ਬਹੁਤ ਮਾਣ ਸਤਿਕਾਰ ਕਰਦੇ ਸਨ, ਉਹਨਾਂ ਨੂੰ ਬਹੁਤ ਹੀ ਪਿਆਰ ਮਿਲਦਾ ਸੀ। ਇਸ ਚੀਜ਼ ਨੂੰ ਵੇਖ ਕੇ ਗਿੱਲ ਸਾਹਿਬ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਫਿਰ ਉਹਨਾਂ ਨੇ ਸਰਦਾਰ ਜਰਨੈਲ ਸਿੰਘ ਨੂੰ ਆਪਣੀ ਪ੍ਰੇਰਨਾ ਮੰਨ ਲਿਆ ਅਤੇ ਫੁੱਟਬਾਲ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਾ ਲਿਆ। ਇਸ ਤੋਂ ਇਲਾਵਾ ਗਿੱਲ ਸਾਹਿਬ ਬੰਗਾਲ ਦੇ ਖਿਡਾਰੀ ਚੁੰਨੀ ਗੋਸਵਾਮੀ, ਆਂਧਰਾ ਦੇ ਯੂਸਫ ਖਾਨ ਅਤੇ ਰਾਜਸਥਾਨ ਦੇ ਮਗਨ ਸਿੰਘ, ਪੰਜਾਬ ਦੇ ਇੰਦਰਜੀਤ ਸਿੰਘ ਦੇ ਖੇਡਣ ਦੇ ਅੰਦਾਜ਼ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹਨ। ਉਹ ਕਹਿੰਦੇ ਹਨ ਕਿ ਫੁੱਟਬਾਲ ਦੇ ਦੋਵੇਂ ਦਾ ਡਿਫੈਂਡ ਕਰਨਾ ਅਤੇ ਸਕੋਰ ਕਰਨਾ ਉਹਨਾਂ ਨੂੰ ਬਹੁਤ ਪਸੰਦ ਹਨ, ਇਸੇ ਕਰਕੇ ਹੀ ਫੁੱਟਬਾਲ ਖੇਡ ਦੇ ਨਾਲ ਉਹਨਾਂ ਦੀ ਮੁਹੱਬਤ ਬਣੀ ਹੋਈ ਹੈ। ਬੇਸਿਕਲੀ 1978 ਦੇ ਵਿੱਚ ਪ੍ਰੈਜੀਡੈਂਟ ਆਫ ਇੰਡੀਆ ਨੇ ਅਰਜੁਨ ਅਵਾਰਡ ਦੇ ਨਾਲ ਮੈਨੂੰ ਸਨਮਾਨਿਤ ਕੀਤਾ, ਜਿਹੜਾ ਕਿ ਭਾਰਤ ਦਾ ਸਭ ਤੋਂ ਵੱਡਾ ਅਵਾਰਡ ਆ। ਬੜੀ ਖੁਸ਼ੀ ਹੋਈ, ਬੜਾ ਚਾਅ ਸੀ ਕਿ ਅਸੀਂ ਸਰਦਾਰ ਜਰਨੈਲ ਸਿੰਘ, ਇੰਦਰ ਸਿੰਘ ਜਿਹੜੇ ਮੇਰੇ ਤੋਂ ਪਹਿਲਾਂ ਪੰਜਾਬ ਦੇ ਦੋ ਅਰਜੁਨ ਅਵਾਰਡੀ ਸੀ ਫੁੱਟਬਾਲਰ, ਔਰ ਮੈਂ ਉਹਨਾਂ ਦਾ ਤੀਜਾ ਫੁੱਟਬਾਲਰ ਹਾਂ। ਜਦੋਂ ਮੈਨੂੰ ਮਿਲਿਆ ਬੜੀ ਬਹੁਤ ਚਾਅ, ਮੇਰੇ ਘਰਦਿਆਂ ਨੂੰ, ਮੇਰੇ ਯਾਰਾਂ ਦੋਸਤਾਂ ਨੂੰ, ਮੇਰੇ ਵਾਈਫ ਨੂੰ, ਸਾਰਾ ਬਹੁਤ ਉਹਨਾਂ ਦਾ ਖੁਸ਼ ਹੋਇਆ, ਕਿਉਂਕਿ ਸਭ ਤੋਂ ਵੱਡਾ ਹਿੰਦੁਸਤਾਨ ਦਾ ਅਵਾਰਡ ਮੈਂ ਜਿੱਤਿਆ। ਫੁੱਟਬਾਲ ਤਾਂ ਮੈਨੂੰ ਗੁਰਦਰੀ ਵਿੱਚ ਹੀ ਮਿਲਿਆ, ਕਿਉਂਕਿ ਮੇਰਾ ਪਾਪਾ ਜੀ ਬਹੁਤ ਵਧੀਆ ਫੁੱਟਬਾਲਰ ਸੀਗੇ, ਨਾਲ ਨਾਲ ਉਹ ਰੈਸਲਿੰਗ ਬਹੁਤ ਵਧੀਆ ਕਰਦੇ ਸੀਗੇ, ਅਸੀਂ ਚਾਰੇ ਪੰਜੇ ਭਰਾ ਬਹੁਤ ਵਧੀਆ ਫੁੱਟਬਾਲ ਖੇਡਦੇ ਸੀ। 3 ਤਾਂ ਪੰਜਾਬ ਪੁਲਿਸ ਦੇ ਵਿੱਚ ਫੁੱਟਬਾਲ ਖੇਡੇ, 2 ਅਸੀਂ ਨੈਸ਼ਨਲ ਪੱਧਰ 'ਤੇ ਖੇਡੇ, ਮੈਂ ਤਾਂ ਹਰਭਜਨ ਦਰਸ਼ਨ ਯੂਨੀਵਰਸਿਟੀ ਲੈਵਲ ਤੱਕ ਖੇਡਿਆ,
ਔਰ ਦੂਜੇ ਦੋ ਭਰਾ ਜਿਹੜੇ ਉਹ ਖੇਤੀਬਾੜੀ 'ਚ ਲੱਗ ਗਏ, ਨਹੀਂ ਤਾਂ ਉਹ ਵੀ ਬਹੁਤ ਵਧੀਆ ਪਲੇਅਰ ਸੀਗੇ ਸਾਡੇ ਘਰ ਦੇ ਵਿੱਚੋਂ। ਸਾਨੂੰ ਜਨਮ ਤੋਂ ਹੀ ਸਾਡੀ ਗੁਰਦਲੀ ਦੇ ਵਿੱਚ ਫੁੱਟਬਾਲ ਇਹ ਸਾਨੂੰ ਮਿਲਿਆ, ਇਸ ਕਰਕੇ ਚੁਣਿਆ। ਕਿਉਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਇੰਨੀ ਹਰਮਨ ਪਿਆਰੀ ਗੇਮ ਆ ਫੁੱਟਬਾਲ, 208 ਦੇ ਲਾਗੇ ਛਾਗੇ ਮੁਲਕ ਜਿਹੜੇ ਆ ਉਹ ਇਹਨੂੰ ਖੇਡਦੇ ਆ, ਔਰ ਇਹ ਖੇਡਣੀ ਵੀ ਸੌਖੀ ਆ, ਸਮਝਣੀ ਵੀ ਸੌਖੀ ਆ। ਇਹਦੇ 17 ਕਲਾ ਆ, ਉਹ ਜਿਹੜਾ ਜਾਣ ਲੈਂਦਾ ਉਹ ਵਧੀਆ ਫੁੱਟਬਾਲਰ ਹੋ ਸਕਦਾ। ਸਾਡਾ ਇਲਾਕਾ ਜਿਹੜਾ ਕਿ ਮਾਲਪੁਰ ਹਿੰਦੁਸਤਾਨ ਦਾ ਵਧੀਆ ਬੰਗਾਲ ਦੇ ਮਗਰੋਂ ਜੇ ਕਿਹਾ ਜਾਵੇ ਫੁੱਟਬਾਲ ਦਾ ਮੱਕਾ ਆ, ਇਸ ਕਰਕੇ ਉਸ ਇਲਾਕੇ 'ਚ ਪੈਦਾ ਹੋਣ ਦਾ ਵੀ ਮੈਨੂੰ ਬਹੁਤ ਮਾਣ ਹੋਇਆ। ਮੈਨੂੰ ਐਡਵਾਂਟੇਜ ਮਿਲਿਆ ਕਿ ਇੱਕ ਸਪੋਰਟਸ ਫੈਮਿਲੀ 'ਚ ਮੈਂ ਪੈਦਾ ਹੋਇਆ, ਦੂਸਰਾ ਹੁਸ਼ਿਆਰਪੁਰ ਦੇ ਮਾਲਪੁਰ ਦਾ ਇਲਾਕਾ ਜਿਹੜਾ ਕਿ ਫੁੱਟਬਾਲ ਦੀ ਨਰਸੇ ਆ ਉਹਦੇ ਵਿੱਚ ਮੈਂ ਪੈਦਾ ਹੋਇਆ। ਇਹ ਮੈਨੂੰ ਸੁਭਾਵਿਕ ਹੀ ਮੈਨੂੰ ਗੁਰਦਲੀ 'ਚ ਮਿਲਿਆ। ਬੇਸਿਕਲੀ ਮੈਂ ਡਿਫੈਂਡਰ ਖੇਲਿਆ, ਪਰ ਸਮੇਂ ਸਮੇਂ ਸਿਰ ਜਦ ਜ਼ਰੂਰਤ ਪਈ ਸਕੋਰ ਨਹੀਂ ਟੀਮ ਤੋਂ ਨਿਕਲਦਾ ਸੀ, ਫਿਰ ਮੈਂ ਜਾ ਕੇ ਐਜ ਏ ਅਟੈਕਰ ਜਾ ਕੇ ਵੀ ਬਹੁਤ ਮਦਦ ਕੀਤੀ। ਮੈਂ ਇੱਕੋ ਇੱਕ ਹਿੰਦੁਸਤਾਨੀ ਹਾਂ ਜਿਹਨੇ 20 ਮਿੰਟਾਂ 'ਚ 4 ਗੋਲ ਕੀਤੇ ਬੰਗਲਾਦੇਸ਼ ਸਿਰ 77 'ਚ, ਜਦੋਂ ਮੈਂ ਕੈਪਟਨ ਸੀ, ਔਰ ਮੈਂ ਟੂਰਨਾਮੈਂਟ ਦਾ ਵੀ ਬੈਸਟ ਪਲੇਅਰ ਸੀਗਾ, ਅਸੀਂ ਉੱਥੋਂ ਟੂਰਨਾਮੈਂਟ 'ਚੋਂ ਵੀ ਸੈਕਿੰਡ ਆਏ। ਔਰ ਡਿਫੈਂਡਰ ਖੇਲਣਾ ਮੈਂ ਬਹੁਤ ਲਾਈਕ ਕਰਦਾ ਸੀਗਾ, ਕਿਉਂਕਿ ਡਿਫੈਂਡਰ ਖੇਲਣਾ ਬਹੁਤ ਹੀ ਆਸਾਨ ਆ, ਅਟੈਕਿੰਗ ਦਾ ਪੁੱਠੇ ਮੂੰਹ ਦੇ ਨਾਲ ਖੇਲਣਾ ਪੈਂਦਾ, ਇਹ ਡਿਫੈਂਡਰ ਨੂੰ ਸਿੱਧਾ ਰਹਿ ਕੇ ਖੇਲਣਾ ਪੈਂਦਾ ਇਸ ਕਰਕੇ। ਔਰ ਮੇਰੇ ਕੋਲ ਤਾਕਤ ਵੀ ਬਾਕੀ ਮੇਰੇ ਜਿਹੜੇ ਨਾਲ ਦੇ ਕੁਲੀਗ ਸੀਗੇ ਉਹਨਾਂ ਨੂੰ ਜ਼ਿਆਦਾ ਸੀ, ਤਾਂ ਡਿਫੈਂਡਰ ਕੋਲ ਅਟੈਕਰ ਨਾਲੋਂ ਤਾਕਤ ਵੀ ਜ਼ਿਆਦਾ ਚਾਹੀਦੀ ਆ, ਕਿਉਂਕਿ ਉਹਨੂੰ ਲੰਬੀਆਂ ਕਿੱਕਾਂ ਦਾ ਇਸਤੇਮਾਲ ਕਰਨਾ ਪੈਂਦਾ। ਮੈਂ ਜਦੋਂ ਕਾਲਜ ਪੜ੍ਹਦਾ ਸੀ ਤਾਂ ਸਰਦਾਰ ਜਰਨੈਲ ਸਿੰਘ ਜਿਹੜੇ ਕਿ ਮੋਹਣ ਬੰਗਾਲੇ ਸਰ ਦਾ ਲੰਬਾ ਸਮਾਂ 10 ਸਾਲ ਮੋਹਣ ਬੰਗਾਲੇ ਖੇਲੇ, ਜਿਹੜੇ ਕਿ ਪਿੰਡੇ ਅਰਜਨਾ ਵੱਡੀ ਸੀਗੇ ਸਾਡੇ, ਉਹਨਾਂ ਨੇ ਜਦੋਂ ਸਾਡੇ ਕਾਲਜ ਆਉਣਾ, ਸਾਨੂੰ ਕਿਤੇ ਕਿਤੇ ਜਦੋਂ ਪੰਜਾਬ ਆਉਂਦੇ ਸੀ ਸਾਨੂੰ ਦੱਸਣ ਆ ਜਾਂਦੇ ਸੀਗੇ, ਤਾਂ ਬਹੁਤ ਦੁਕਾਨਦਾਰ ਲੋਕ ਉਹਨਾਂ ਨੂੰ ਦੇਖਣ ਲਈ ਬੜੀ ਭੀੜ ਪਈ। ਸਰਦਾਰ ਜਰਨੈਲ ਸਿੰਘ ਆਇਆ ਤਾਂ ਮਨ ਦੇ ਵਿੱਚ ਆਇਆ ਕਿ ਕਿਉਂ, ਉਹਨਾਂ ਨੂੰ ਪੁੱਛਿਆ ਵੀ ਇਹ ਕਿੱਦਾਂ ਤੁਸੀਂ ਐਡਾ ਵੱਡਾ ਅਵਾਰਡ ਲਿਆ, ਅਰਜਨ ਵੱਲ ਲਿਆ ਐਡੇ ਵੱਡੇ ਮਾਂ? ਉਹ ਕਹਿੰਦਾ ਮਿਹਨਤ, ਨੋ ਸਬਸਟੀਟਿਊਟ ਆਫ ਹਾਰਡ ਵਰਕ, ਹਾਰਡ ਵਰਕ ਕਰੋ ਉਹਦਾ ਕੋਈ ਸਬਸਟੀਟਿਊਟ ਨਹੀਂ ਹੈ, ਮਿਹਨਤ ਜਿੰਨੀ ਕਰੂੰਗਾ ਉਨਾ ਹੀ ਉੱਪਰ ਆਊਂਗਾ। ਸੋ ਉਹਨੂੰ ਉਹ ਐਸਪੀਰੇਸ਼ਨ ਮੇਰਾ ਸੀਗਾ, ਉਹਨੂੰ ਦੇਖਣ ਦੇ ਨਾਲ ਉਹਨੂੰ ਲੋਕ ਕਿੰਨੇ ਦੇਖਦੇ ਆ, ਮਨ ਦੇ ਵਿੱਚ ਸੀ ਵੀ ਕਦੀ ਸਾਨੂੰ ਵੀ ਇੱਦਾਂ ਦੇਖੂਗੇ, ਪਰ ਹੁਣ ਉਹ ਟਾਈਮ ਆ ਕਿ ਜਿੱਧਰ ਨੂੰ ਜਾਂਦੇ ਹਾਂ ਉਹ ਬਹੁਤ ਰਿਸਪੈਕਟ ਆ, ਬਹੁਤ ਇੱਜ਼ਤ ਆ, ਜਿਹੜੀ ਕਿ ਪੈਸੇ ਨਾਲ ਨਹੀਂ ਮਿਲਦੀ। ਸਰਦਾਰ ਗੁਰਦੇਵ ਸਿੰਘ ਗਿੱਲ ਨੇ 1976, 77 ਤੇ 78 ਵਿੱਚ ਇੰਡੀਅਨ ਟੀਮ ਦੀ ਕਪਤਾਨੀ ਕੀਤੀ। ਉਹ ਕਹਿੰਦੇ ਨੇ ਕਿ ਜਿਸ ਸਮੇਂ ਉਹ ਫੁੱਟਬਾਲ ਦੇ ਵਿੱਚ ਆਏ ਸਨ, ਉਸ ਸਮੇਂ ਕੇਵਲ ਜਲੰਧਰ ਵਿੱਚ ਹੀ ਫੁੱਟਬਾਲ ਦੇ 5 ਕਲੱਬ ਚੱਲਿਆ ਕਰਦੇ ਸਨ, ਜਿਨ੍ਹਾਂ ਵਿੱਚੋਂ ਬਿਜਲੀ ਬੋਰਡ ਕਲੱਬ, ਲੀਡਰ ਕਲੱਬ, ਪੰਜਾਬ ਪੁਲਿਸ ਦੇ 2 ਕਲੱਬ, JCT ਤੇ BSF। ਪਰ ਉਹ ਕਹਿੰਦੇ ਨੇ ਬੜੇ ਦੁੱਖ ਦੀ ਗੱਲ ਆ ਕਿ ਉਸ ਸਮੇਂ ਤੇ 5 ਕਲੱਬ ਚੱਲਦੇ ਸਨ ਤੇ ਇਸ ਸਮੇਂ ਜੋ ਕਿ ਵੱਧ ਕੇ ਹੋਰ ਜ਼ਿਆਦਾ ਹੋਣੇ ਚਾਹੀਦੇ ਸਨ, ਪਰ ਘੱਟ ਕੇ 2 ਰਹਿ ਗਏ ਹਨ। ਤੇ ਜੇਕਰ ਗੱਲ ਕਰੀਏ ਫੁੱਟਬਾਲ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਫੈਸਿਲਿਟੀਜ਼ ਦੀ, ਤੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਇਹ ਸਹੂਲਤਾਂ ਵੀ ਪਹਿਲਾਂ ਨਾਲੋਂ ਘੱਟ ਗਈਆਂ ਹਨ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਖਿਡਾਰੀ ਪੰਜਾਬ ਲਈ ਖੇਡਣਾ ਛੱਡ ਕੇ ਹੋਰ ਸਟੇਟਸ ਲਈ ਖੇਡਣਾ ਪਸੰਦ ਕਰਦੇ ਹਨ। ਜੇਕਰ ਆਧੁਨਿਕ ਅੱਜ ਦੇ ਖਿਡਾਰੀਆਂ ਦੀ ਗੱਲ ਕਰੀਏ ਜੋ ਖੇਡ ਦੀ ਦੁਨੀਆ ਵਿੱਚ ਹਨ, ਤਾਂ ਉਹ ਕਹਿੰਦੇ ਹਨ ਕਿ ਫੁੱਟਬਾਲ ਕੋਲ ਵੀ ਇਸ ਤਰ੍ਹਾਂ ਦੇ ਬਹੁਤ ਵਧੀਆ ਖਿਡਾਰੀ ਹਨ ਜੋ ਇਸ ਸਮੇਂ ਵਧੀਆ ਖੇਡ ਦਾ ਮੁਜ਼ਾਹਰਾ ਕਰ ਰਹੇ ਹਨ, ਪ੍ਰਦਰਸ਼ਨ ਕਰ ਰਹੇ ਹਨ। ਹਿੰਦੁਸਤਾਨ ਦੇ ਵਿੱਚ 20 ਪਲੇਅਰ ਹੈਗੇ ਆ, ਪੁਟਿਆ ਬਹੁਤ ਵਧੀਆ ਪਲੇਅਰ ਹੋਇਆ ਸਾਡੇ ਮਗਰੋਂ, ਹੋਰ ਖਿਡਾਰੀ ਵੀ ਸਾਡੇ ਹੈਗੇ ਆ, ਲੇਕਿਨ ਬਾਹਰਲੇ ਜਿਹੜੇ ਪਲੇਅਰ ਆ ਸਾਡੇ, ਜਿਨ੍ਹਾਂ 'ਚ ਮੈਸੀ ਹੋ ਗਿਆ, ਅਰਲਾਂਡੋ ਹੋ ਗਿਆ, ਔਰ ਇਸ ਤੋਂ ਪਹਿਲਾਂ ਮੈਰਾਡੋਨਾ ਸੀ, ਸਭ ਤੋਂ ਪਹਿਲਾਂ ਸਾਡੇ ਪਿੱਲੇ ਸੀ ਬ੍ਰਾਜ਼ੀਲ ਵਾਲਾ, ਜਿਹਨੂੰ ਕਿੰਗ ਆਫ ਸੌਕਰ ਕਹਿੰਦੇ ਹਾਂ, ਔਰ ਮੈਰਾਡੋਨਾ ਸੀ ਅਰਜਨਟੀਨਾ ਦਾ, ਜਿਹੜਾ ਕਿ ਜੁਆਇੰਟ ਬੈਸਟ ਫੁੱਟਬਾਲਰ ਆਫ ਦਾ ਮਿਲੇਨੀਅਮ ਹੋਇਆ ਵਰਲਡ ਦਾ। ਔਰ ਇਸੇ ਤਰ੍ਹਾਂ ਹੁਣ ਨਿਮਾਰ ਹੈ ਬ੍ਰਾਜ਼ੀਲ ਦਾ ਸਭ ਤੋਂ ਮਹਿੰਗਾ ਪਲੇਅਰ ਜਿਹੜਾ ਹੈ, ਅਰਲਾਂਡੋ ਹੈ ਪੁਰਤਗਾਲ ਵਾਲਾ, ਮੈਸੀ ਆ ਅਰਜਨਟੀਨਾ ਵਾਲਾ। ਉਹ ਇਹ 4-5 ਪਲੇਅਰ ਜਿਹੜੇ ਆ ਬਹੁਤ ਵਧੀਆ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਆ। ਉੱਚੀ ਤੇ ਰੋਹਬਦਾਰ ਆਵਾਜ਼ ਵਿੱਚ ਬੋਲਣਾ ਗਿੱਲ ਸਾਹਿਬ ਦੀ ਪਹਿਚਾਣ ਹੈ। ਸਵੇਰੇ ਗਰਾਊਂਡ ਜਾਣ ਕਰਕੇ ਉਹ ਛੇਤੀ ਉੱਠ ਜਾਂਦੇ ਹਨ ਤੇ ਫਿਰ ਤੰਦਰੁਸਤ ਰਹਿਣ ਲਈ ਕਸਰਤ ਕਰਦੇ ਹਨ
ਨਵੇਂ ਮੁੰਡਿਆਂ ਨੂੰ PAP ਦੀ ਗਰਾਊਂਡ ਵਿੱਚ ਫੁੱਟਬਾਲ ਦੇ ਗੁਰ ਦੱਸਦੇ ਹਨ ਤੇ ਫਿਰ ਘਰ ਪਰਤ ਕੇ ਚਾਹ ਦੀਆਂ ਚੁਸਕੀਆਂ ਦੇ ਨਾਲ ਅਖਬਾਰ ਪੜ੍ਹਨਾ ਤੇ ਉੱਚੀ ਆਵਾਜ਼ ਵਿੱਚ ਰੇਡੀਓ ਸੁਣਨਾ ਉਹਨਾਂ ਦਾ ਪਸੰਦੀਦਾ ਕੰਮ ਹੈ। ਪੌੜੀਆਂ ਦੇ ਨਾਲ ਲੱਗਦੇ ਹਾਲ ਵਿੱਚ ਵੱਜ ਰਿਹਾ ਰੇਡੀਓ ਉਹਨਾਂ ਦੇ ਪਿਆਰਿਆਂ ਤੇ ਮਿਲਣ ਆਉਣ ਵਾਲਿਆਂ ਲਈ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਗਿੱਲ ਸਾਹਿਬ ਇੱਥੇ ਹੀ ਹਨ। ਗਿੱਲ ਸਾਹਿਬ ਦੇ ਦੋਵੇਂ ਪੁੱਤਰ ਵਿਦੇਸ਼ ਹਨ ਤੇ ਉੱਥੇ ਆਪਣੇ ਪਰਿਵਾਰਾਂ ਦੇ ਨਾਲ ਸੈਟਲਡ ਹਨ ਤੇ ਵਧੀਆ ਜੀਵਨ ਬਤੀਤ ਕਰ ਰਹੇ ਹਨ, ਜਿਸ ਕਰਕੇ ਗਿੱਲ ਸਾਹਿਬ ਕੁਝ ਸਮਾਂ ਵਿਦੇਸ਼ ਤੇ ਕੁਝ ਸਮਾਂ ਇੱਥੇ ਪੰਜਾਬ ਵਿੱਚ ਰਹਿੰਦੇ ਹਨ। ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਵਿਦੇਸ਼ ਕੇਵਲ ਤੇ ਕੇਵਲ ਆਪਣੇ ਪਰਿਵਾਰ ਕਰਕੇ ਜਾਂਦੇ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਪੁੱਤਰਾਂ ਤੇ ਪੋਤਿਆਂ ਦਾ ਮੋਹ ਪਿਆਰ ਉਹਨਾਂ ਦੇ ਨਾਲ ਬਣਿਆ ਰਹੇ। ਪਰ ਜੇਕਰ ਉਹਨਾਂ ਦੇ ਦਿਲ ਦੀ ਗੱਲ ਸੁਣੀਏ ਤਾਂ ਉਹਨਾਂ ਨੂੰ ਪੰਜਾਬ ਰਹਿਣਾ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਇੱਥੇ ਉਹ ਲੋਕ ਹਨ ਜੋ ਉਹਨਾਂ ਦੀਆਂ ਉਪਲਬਧੀਆਂ ਲਈ ਉਹਨਾਂ ਨੂੰ ਮਾਣ ਸਤਿਕਾਰ ਦਿੰਦੇ ਹਨ, ਉਹਨਾਂ ਦਾ ਸਰੋਕਾਰ ਕਰਦੇ ਹਨ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਰਹਿ ਕੇ ਉਹ ਆਪਣੇ ਆਪ ਨੂੰ ਫੁੱਟਬਾਲ ਦੇ ਕਰੀਬ ਮਹਿਸੂਸ ਕਰਦੇ ਹਨ। ਉਹ ਮੁੰਡਿਆਂ ਨੂੰ ਫੁੱਟਬਾਲ ਸਿਖਾ ਸਕਦੇ ਹਨ, ਫੁੱਟਬਾਲ ਬਾਰੇ ਗੱਲਾਂ ਕਰ ਸਕਦੇ ਹਨ, ਜੋ ਕਿ ਉਹਨਾਂ ਨੂੰ ਬਹੁਤ ਹੀ ਸਕੂਨ ਦਿੰਦਾ ਹੈ। ਨਵੇਂ ਸਿੱਖਣ ਵਾਲੇ ਮੁੰਡਿਆਂ ਬਾਰੇ ਉਹ ਕਹਿੰਦੇ ਹਨ ਕਿ ਜਦੋਂ ਉਹਨਾਂ ਨੂੰ ਸਿਖਾਉਂਦੇ ਹਨ ਤਾਂ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਇਹਨਾਂ ਨਵੇਂ ਖਿਡਾਰੀਆਂ ਦੇ ਵਿੱਚ ਫੁੱਟਬਾਲ ਦੇ ਲਈ ਉਹ ਜਜ਼ਬਾ ਅਤੇ ਉਹ ਚਾਹਤ ਦਿਖਾਈ ਨਹੀਂ ਦਿੰਦੀ। ਇੱਥੋਂ ਤੱਕ ਕਿ ਇਹ ਆਪਣੇ ਉਸਤਾਦਾਂ ਦਾ ਇੰਨਾ ਸਤਿਕਾਰ ਵੀ ਨਹੀਂ ਕਰਦੇ ਜਿੰਨਾ ਗਿੱਲ ਸਾਹਿਬ ਦੇ ਸਮੇਂ ਦੇ ਖਿਡਾਰੀ ਕਰਿਆ ਕਰਦੇ ਸਨ। ਜੋਤ ਨੂੰ ਮੇਰੀ ਕੋਈ ਬੇਨਤੀ ਆ, ਬੀਂਗੇ ਫੁੱਟਬਾਲਰ, ਬੀਂਗੇ ਆਫਿਸਰ, ਬੀਂਗੇ ਐਲਡਰ, ਕਿ ਸਭ ਤੋਂ ਪਹਿਲਾਂ ਉਹ ਪੜ੍ਹਾਈ ਵੱਲਾਂ ਧਿਆਨ ਦੇਣ, ਜਿਹੜੀ ਕਿ ਬਹੁਤ ਜ਼ਰੂਰੀ ਆ। ਨਾਲ ਦੀ ਨਾਲ ਸਿਹਤ ਚੰਗੀ ਕਰ ਲਏ, ਤੁਹਾਨੂੰ ਸਪੋਰਟਸ ਨੂੰ ਅਡੋਪਟ ਕਰਨਾ ਬਹੁਤ ਜ਼ਰੂਰੀ ਆ। ਕੋਈ ਵੀ ਸਪੋਰਟਸਮੈਨ ਤੁਸੀਂ ਦੇਖਿਓ, ਉਹ ਜਨਰਲ ਬੱਚਿਆਂ ਨਾਲੋਂ ਉਹਦੀ ਬੋਡੀ ਜਿਹੜੀ ਆ ਉਹ ਵਧੀਆ ਹੋਊਗੀ, ਉਹਦੀ ਸ਼ੇਪ ਵਧੀਆ ਹੋਊਗੀ, ਉਹਦੇ ਤਾਕਤ ਜ਼ਿਆਦਾ ਹੋਊਗੀ। ਤਾਕਤ ਨਾਲ ਇਹ ਖੇਡਿਆ ਜਾਂਦਾ। ਇਹ ਪੰਜ ਐੱਸਾਂ ਜਿਹੜੀਆਂ ਆ ਜਿਹਨੂੰ ਸਟਰੈਂਥ ਕਹਿੰਦੇ ਆ, ਤਾਕਤ ਤੋਂ ਬਿਨਾਂ ਤੋਂ ਸਪੋਰਟਸ ਹੁੰਦੀ ਨਹੀਂ। ਉਹਦੇ ਬਾਅਦ ਫਿਰ ਸਪੀਡ ਆ ਜਾਂਦੀ ਆ, ਸਪੀਡ ਦੇ ਬਾਅਦ ਵੀ ਅਥਲੈਟਿਕਸ ਨਹੀਂ ਕਰਨੀ, ਇਹ 90 ਮਿੰਟ ਫੁੱਟਬਾਲ ਖੇਡਣਾ, ਫਿਰ ਤੁਹਾਡਾ ਸਟੈਮਿਨਾ ਆ ਜਾਂਦਾ, ਸਟੈਮਿਨਾ ਵੀ ਘੱਟ ਜਾਂਦਾ, ਫਿਰ ਸਕਿੱਲ ਦੀ ਲੋੜ ਪੈਂਦੀ ਆ। ਇਹ ਚਾਰੇ ਵੀ ਕੁਛ ਨਹੀਂ ਕਰਦੀਆਂ ਜੇ ਤੁਹਾਡੀ ਸੈਂਸ ਹੈ ਨਹੀਂ, ਜੇ ਦਿਮਾਗ ਨਹੀਂ ਤੁਹਾਡਾ। ਜੇ ਤੁਸੀਂ ਫੁੱਟਬਾਲ 80 ਗਜ਼ ਲੈ ਜਾਂਦੇ ਆ, ਜਾ ਕੇ ਗੋਲਾਂ ਤੋਂ ਬਾਹਰ ਸੁੱਟ ਦਿੰਦੇ ਹਾਂ। ਇਹ 5 ਐੱਸਾਂ ਹੋਣੀਆਂ ਬਹੁਤ ਜ਼ਰੂਰੀ ਆ, ਉਹ ਤਾਕਤ ਦੇ ਬਿਨਾਂ ਨਹੀਂ ਹੁੰਦੀਆਂ। ਸੋ ਅੱਜ ਕੱਲ੍ਹ ਦਾ ਜਿਹੜਾ ਰੁਝਾਨ ਆ, ਗੌਰਮੈਂਟ ਨੂੰ ਚਾਹੀਦਾ ਕਿ ਬੱਚਿਆਂ ਨੂੰ ਚੰਗੀ ਜੌਬ ਦੇਵੇ ਤਾਂ ਕਿ ਉਹ ਚੰਗੀ ਸਿਹਤ ਲੈ ਕੇ ਚੰਗੇ ਪਾਸੇ ਨੂੰ ਜਾ ਸਕਣ, ਔਰ ਮਾਪਿਆਂ ਨੂੰ ਚਾਹੀਦਾ ਕਿ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਣ। ਅੱਜ ਕੱਲ੍ਹ ਬੱਚਿਆਂ ਦਾ ਜਿਹੜਾ ਰੁਝਾਨ ਆ ਉਹ ਡਿਸਿਪਲਨ ਘੱਟਦਾ ਜਾ ਰਿਹਾ। ਮਾਂ ਪਿਓ ਦਾ ਕਹਿਣਾ ਨਹੀਂ ਮੰਨਦੇ, ਉਸਤਾਦਾਂ ਦਾ ਕਹਿਣਾ ਨਹੀਂ ਮੰਨਦੇ, ਇਸ ਚੀਜ਼ ਦੀ ਘਾਟ ਕਰਕੇ ਉਹ ਪਿੱਛੇ ਰਹਿ ਜਾਂਦੇ ਆ। ਮੇਰੀ ਉਹਨਾਂ ਨੂੰ ਇਹੀ ਬੇਨਤੀ ਆ ਕਿ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਦਾ ਸਤਿਕਾਰ ਕਰੋ, ਫਿਰ ਉਹਦੇ ਬਾਅਦ ਜਿਹੜਾ ਉਹਦਾ ਉਸਤਾਦ ਹੈ ਉਹਦਾ ਸਤਿਕਾਰ ਕਰੋ, ਆਂਢ ਗੁਆਂਢ ਦਾ ਸਤਿਕਾਰ ਕਰੋ, ਵੱਡਿਆਂ ਨੂੰ ਸੁਣੋ। ਉਹ ਜੇ ਤੁਹਾਨੂੰ ਚੰਗੀ ਗੱਲ ਲੱਗਦੀ ਉਹ ਲੜ ਬੰਨ ਲਓ, ਨਹੀਂ ਚੰਗੀ ਲੱਗਦੀ ਤੁਹਾਨੂੰ ਰਹਿਣ ਦਿਓ, ਲੇਕਿਨ ਸੁਣੋ ਜ਼ਰੂਰ। ਰਿਸਪੈਕਟ, ਵੱਡਿਆਂ ਦੀ ਰਿਸਪੈਕਟ ਕਰੋ, ਔਰ ਵੱਡਿਆਂ ਨੂੰ ਵੀ ਮੈਂ ਕਹਿੰਦਾ ਕਿ ਛੋਟਿਆਂ ਨਾਲ ਪਿਆਰ ਕਰਨ, ਇਹ ਦੋਨਾਂ ਹੱਥਾਂ ਨਾਲ ਤਾੜੀ ਵੱਜਦੇ ਆ। ਉਹ ਬੱਚਿਆਂ ਦਾ ਜਿਹੜਾ ਅੱਜ ਕੱਲ੍ਹ ਡਿਸਿਪਲਿਨ 'ਚ ਨਹੀਂ ਰਹਿੰਦੇ ਉਹਦਾ ਵੀ ਸਾਨੂੰ ਬਹੁਤ ਘਾਟ ਆ, ਔਰ ਮਾਪੇ ਦੇ ਆਖੇ ਨਾ ਲੱਗ ਕੇ ਗਲਤ ਪਾਸੇ ਜਾਣਾ, ਡਰੱਗ ਪਾਸੇ ਚਲੇ ਜਾਣਾ। ਔਰ ਮਾਪੇ ਦਾ ਵੀ ਆ ਕਿ ਬੱਚਿਆਂ ਨੂੰ ਸੇਧ ਦੇਣ। ਮੇਰੇ ਬੱਚੇ ਸ਼ਰਾਬ ਤਾਂ ਇੱਕ ਪਾਸੇ, ਉਹ ਕਦੀ ਬੀਅਰ ਵੀ ਨਹੀਂ ਉਹਨੇ ਟੇਸਟ ਕੀਤਾ। 40-40 ਸਾਲ ਦੇ ਹੋ ਗਏ, 35-35 ਸਾਲ ਦਾ ਛੋਟਾ ਆ। ਉਹ ਸਾਰਾ ਮਾਪੇ ਦਾ ਵੀ ਫਰਜ਼ ਬਣਦਾ, ਗੁਆਂਢੀਆਂ ਦਾ ਵੀ ਫਰਜ਼ ਬਣਦਾ, ਯਾਰਾਂ ਦੋਸਤਾਂ ਵੀ ਬਣਦਾ ਕਿ ਹਰ ਇੱਕ ਦੇ ਬੱਚੇ ਨੂੰ ਚੰਗੇ ਪਾਸੇ ਲਾਓ ਤਾਂ ਕਿ ਉਹ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋ ਜਾਵੇ। ਇਹ ਮੇਰਾ ਨਿਆਣਿਆਂ ਨੂੰ ਸੰਦੇਸ਼ ਆ। ਅਸੀਂ ਤਾਂ ਇੱਥੋਂ ਤੱਕ ਵੀ ਕਹਿੰਦੇ ਰਹਿੰਦੇ ਹਾਂ ਉਹ ਬੱਚਿਆਂ ਦੇ ਰੜੇ ਝੋਲੇ ਬੰਨ ਕੇ ਜਾਂ ਪਿੱਛੇ ਬੁੜੀਆਂ ਭੇਜ ਦਿੰਦੀਆਂ ਉਹਨਾਂ ਦੀਆਂ ਮਾਵਾਂ, ਉਹ ਫਰਕ ਪੈਂਦਾ, ਬੋਡੀ 'ਤੇ ਫਰਕ ਪੈਂਦਾ ਉਹਦਾ। ਇੰਨੀਆਂ ਭਾਰੀਆਂ ਕਿਤਾਬਾਂ ਜੇ ਇੱਥੇ ਲੈਣੀਆਂ ਤੁਹਾਡੇ ਕਮਰ 'ਤੇ ਫਰਕ ਪੈ ਜਾਣਾ ਪਿੱਛੇ ਨੂੰ ਰਹਿਣ। ਅਸੀਂ ਚਾਹੁੰਦੇ ਨੇ ਉਹਦਾ ਵੀ ਕੋਈ ਨਾ ਕੋਈ ਸਿਸਟਮ ਚਾਹੀਦਾ ਕਿ ਘੱਟ ਕਿਤਾਬਾਂ ਹੋਣ, ਬੱਚਿਆਂ ਨੂੰ ਛੋਟਿਆਂ ਨੂੰ ਜੋ ਗਾਈਡ ਕਰੀਏ। ਉਹ ਮੇਰਾ ਤਾਂ ਇਹ ਹੁੰਦਾ ਰੁਟੀਨ ਆ, ਮੈਂ ਤਾਂ ਸਵੇਰੇ ਉਹ ਭਾਵੇਂ ਲੇਟ ਆ ਜਾਣ ਟੀਮਾਂ, ਮੈਂ ਭੈਣ ਨੂੰ 7 ਵਜੇ ਉੱਥੇ ਚੱਲ ਜਾਂਦਾ ਆਪਣੀ ਕਾਰ ਲੈ ਕੇ। 3 ਘੰਟੇ 9:30 ਵਜੇ ਤੱਕ ਮੈਂ ਸਵੇਰੇ
ਸ਼ਾਮੀ 3 ਵਜੇ ਤੋਂ ਲੈ ਕੇ 6 ਸਾਢੇ 6 7 ਵਜੇ ਤੱਕ ਮੈਨੂੰ ਇਹੀ ਕੰਮ ਆ, ਹੋਰ ਕੋਈ ਕੰਮ ਹੀ ਨਹੀਂ। ਗਿੱਲ ਸਾਹਿਬ ਇਸ ਸਮੇਂ 112 ਡਿਫੈਂਸ ਕਲੋਨੀ ਜਲੰਧਰ ਵਿੱਚ ਰਹਿ ਰਹੇ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਟੂਰਨਾਮੈਂਟ ਖੇਡੇ ਅਤੇ ਕਈਆਂ ਦੀਆਂ ਜਿੱਤਾਂ ਆਪਣੀ ਟੀਮ ਦੇ ਨਾਮ ਲਵਾਈਆਂ। ਇਸ ਲਈ ਜਿੱਥੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਅਰਜੁਨ ਅਵਾਰਡ ਨਾਲ ਸਨਮਾਨਿਆ ਗਿਆ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਵੀ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ ਫੁੱਟਬਾਲਰ ਆਫ ਦਾ ਮਿਲੇਨੀਅਮ, ਬੈਸਟ ਟ੍ਰੇਨੀ ਦਾ ਪਹਿਲਾ ਖਿਤਾਬ, ਨਹਿਰੂ ਅਵਾਰਡ ਅਤੇ ਪੰਜਾਬ ਪੁਲਿਸ ਵੱਲੋਂ ਕਈ ਖਿਤਾਬ ਵੀ ਦਿੱਤੇ ਗਏ। ਇਹ 71 ਜਦੋਂ ਮੈਂ ਇੱਥੇ, ਮੈਂ ਤਾਂ ਮੇਰੀ ਵਾਈਫ ਨੇ ਡਿਸਾਈਡ ਕੀਤਾ ਕਿ ਤੁਸੀਂ ਇੱਥੇ ਦੇਖਦੇ ਹਾਂ ਕਿ ਸਾਡੀ ਕਲੋਨੀ ਹਿੰਦੁਸਤਾਨ ਇਹਦਾ ਜਲੰਧਰ ਦਾ ਹਾਰਟ ਆ, ਡਿਫੈਂਸ ਕਲੋਨੀ ਕਾਲਡ ਹਾਰਟ ਆਫ ਦਾ ਜਲੰਧਰ। ਬੱਸ ਸਟੈਂਡ ਤੋਂ 5 ਮਿੰਟ ਲੱਗਦੇ ਆਉਣ ਲਈ, ਰੇਲਵੇ ਸਟੇਸ਼ਨ ਤੋਂ 2 ਮਿੰਟ ਲੱਗਦੇ ਆਉਣ ਲਈ। ਔਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਦੋਂ ਇੱਥੇ ਬਣਾਉਣ ਲੱਗੇ ਤਾਂ ਮਨ ਦੇ ਵਿੱਚ ਆਇਆ ਕਿ ਮੈਂ ਫੁੱਟਬਾਲਰ ਹਾਂ ਅਤੇ ਗੇਟ 'ਤੇ ਫੁੱਟਬਾਲ ਦਾ ਚਿੰਨ੍ਹ ਹੋਵੇ। ਆ ਡਿਫੈਂਸ ਕਲੋਨੀ ਦੇ ਵਿੱਚ ਜਿਹੜੇ ਸਾਡੇ 300 ਕੁਛ ਘਰ ਆ, ਉਹਨਾਂ ਦੇ ਵਿੱਚ ਇੱਕੋ ਇੱਕ ਗੇਟ ਆ ਮੇਰਾ ਜਿੱਥੇ ਫੁੱਟਬਾਲ ਦਾ ਮੈਂ ਫੁੱਟਬਾਲ ਕਿੱਕ ਮਾਰਦਾ ਦਿਖਾ ਲਿਆ ਆ। ਲੱਭਣਾ ਬੜਾ ਸੌਖਾ, ਜੇ ਉਹ ਭੁੱਲ ਜਾਵੇ ਕੋਈ ਵੀ 112 ਡਿਫੈਂਸ ਕਲੋਨੀ ਕਿੱਥੇ ਆ, ਤਾਂ ਉਹਨੂੰ ਇਹ ਮੈਂ ਦੱਸ ਦਿੰਦਾ ਵੀ ਗੁਰਦੁਆਰੇ ਕੋਲੋਂ ਖੱਬੇ ਪਾਸੇ ਨੂੰ ਤੁਰ ਪਏ, ਜਿਹੜੇ ਗੇਟ 'ਤੇ ਫੁੱਟਬਾਲ ਹੋਇਆ ਉਹ ਮੇਰਾ ਹੀ ਹੋਣਾ। ਉਹ 112 ਜੇ ਤੈਨੂੰ ਨਹੀਂ ਵੀ ਦਿਸਦਾ, ਕਦੀ ਕਦੀ ਇਹ ਜਿਹੜਾ ਮੈਂ ਲਾਇਆ ਨਿੰਬੂ ਲੋਕਾਂ ਦੇ ਚਕੰਜ ਵੀ ਪੀਣ ਲਈ, ਉਹਦੇ ਕਿਤੇ ਕਿਤੇ ਬੰਦ ਹੋ ਜਾਂਦਾ। ਉਹਨਾਂ ਜਿਹੜਾ ਮੈਂ ਲਾਇਆ ਬੈਕੇ ਦਾ ਸਾਰਾ ਕੁਛ ਲਾਇਆ, 112 ਵੀ ਲਿਖਿਆ ਮੈਂ, ਉਹ ਮੂਹਰੇ ਆਪਣਾ ਨੇਮ ਪਲੇਟ ਵੀ ਉਹ ਕਵਰ ਹੋ ਜਾਂਦਾ। ਤਾਂ ਇੱਕੋ ਗੇਟ ਆ ਜਿੱਥੇ ਤੂੰ ਜਾ ਕੇ ਦੇਖ ਸਕਦਾ ਵੀ ਇਹ ਗੁਰਦੇਵ ਸਿੰਘ ਗਿੱਲ ਦਾ ਘਰ ਆ। ਇਸ ਇਹ ਮੇਨ ਮਕਸਦ ਸੀ ਮੇਰਾ ਇਹ ਗੇਟ ਲਾਉਣ ਦਾ। ਗਿੱਲ ਸਾਹਿਬ ਦਾ ਮੈਡਲਾਂ ਅਤੇ ਅਵਾਰਡਸ ਦੇ ਨਾਲ ਭਰਿਆ ਹੋਇਆ ਘਰ ਉਹਨਾਂ ਦੇ ਹੁਨਰ ਦੀ ਗਵਾਹੀ ਭਰਦਾ ਏ। ਉੱਥੇ ਹੀ ਘਰ ਵਿੱਚ ਪਈਆਂ ਕੁਛ ਬੇਤਰਤੀਬੀਆਂ ਚੀਜ਼ਾਂ ਉਹਨਾਂ ਦੇ ਜੀਵਨ ਵਿੱਚ ਜੀਵਨ ਸਾਥੀ ਦੀ ਅਣਹੋਂਦ ਨੂੰ ਬਿਆਨਦੀਆਂ ਨੇ। ਗਿੱਲ ਸਾਹਿਬ ਕਹਿੰਦੇ ਨੇ ਕਿ ਜਦੋਂ ਇੱਥੇ ਪੰਜਾਬ ਹੁੰਦੇ ਨੇ ਤਾਂ ਸ਼੍ਰੀਮਤੀ ਜੀ ਦੀਆਂ ਤਸਵੀਰਾਂ ਅਤੇ ਉਹਨਾਂ ਦੀਆਂ ਕੁਛ ਯਾਦਾਂ ਦੇ ਨਾਲ ਜ਼ਿੰਦਗੀ ਗੁਜ਼ਾਰਨਾ ਜਾਂ ਸਮਾਂ ਗੁਜ਼ਾਰਨਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ। ਸੋ ਅਸੀਂ ਰੱਬ ਅੱਗੇ ਦੁਆ ਕਰਦੇ ਹਾਂ ਕਿ ਗਿੱਲ ਸਾਹਿਬ ਦੇ ਅੰਦਰ ਜ਼ਿੰਦਗੀ ਜਿਉਣ ਦੀ ਇਹ ਤਮੰਨਾ ਇਸੇ ਤਰ੍ਹਾਂ ਪਰਪੱਕ ਰਹੇ, ਕਿਉਂਕਿ ਗਿੱਲ ਸਾਹਿਬ ਉਹ ਇਨਸਾਨ ਨੇ ਜੋ ਸਾਡੇ ਅੱਜ ਦੇ ਭਟਕ ਰਹੇ ਨੌਜਵਾਨਾਂ ਦੇ ਲਈ ਅਸਲ ਪ੍ਰੇਰਨਾ ਸਰੋਤ ਨੇ। ਸੋ ਅਸੀਂ ਉਹਨਾਂ ਦੀ ਸਿਹਤ ਯਾਬੀ ਦੀ ਅਤੇ ਤੰਦਰੁਸਤੀ ਦੀ ਪਰਮਾਤਮਾ ਅੱਗੇ ਦੁਆ ਕਰਦੇ ਹਾਂ। ਸੋ ਇਸੇ ਤਰ੍ਹਾਂ ਫਿਰ ਮੁਲਾਕਾਤ ਹੋਵੇਗੀ ਇਸੇ ਤਰ੍ਹਾਂ ਦੀ ਇੱਕ ਨਵੀਂ ਸ਼ਖਸੀਅਤ ਦੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਤੁਸੀਂ ਦੇਖਦੇ ਰਹਿਣਾ ਤੁਹਾਡਾ ਹਰਮਨ ਪਿਆਰਾ ਚੈਨਲ ਰੌਣਕ ਪੰਜਾਬ ਦੀ ਟੀਵੀ ਅਤੇ ਮੈਨੂੰ ਅਰਪਣ ਨੂੰ ਦਿਓ ਇਜਾਜ਼ਤ। ਧੰਨਵਾਦ। ਹੁੰਦਿਓ ਡੰਡ ਬੈਠਕਾਂ ਮਾਰੋ ਕੁੜੀਓ ਆਪਣਾ ਰੂਪ ਸ਼ਿੰਗਾਰੋ, ਹੁੰਦਿਓ ਡੰਡ ਬੈਠਕਾਂ ਮਾਰੋ ਕੁੜੀਓ ਆਪਣਾ ਰੂਪ ਸ਼ਿੰਗਾਰੋ, ਫਿਰ ਤੋਂ ਸੁਸਤੀ ਪਰਾਂ ਉਤਾਰੋ ਤੁਹਾਨੂੰ ਕੀ ਮਜਬੂਰੀ ਏ, ਪੰਛੀ ਮਜਬੂਰੀ ਏ, ਬਾਕੀ ਦੇ ਕੰਬਾ ਚ ਪਹਿਲਾਂ, ਬਾਕੀ ਦੇ ਕੰਬਾ ਚ ਪਹਿਲਾਂ ਸਿਹਤ ਜ਼ਰੂਰੀ ਏ, ਉਹ ਬਾਕੀ ਦੇ ਕੰਬਾ ਚ ਪਹਿਲਾਂ ਹੈਲਥ ਜ਼ਰੂਰੀ ਏ। ਜਿੱਤਣ ਵਾਲੇ ਕਦੇ ਵੀ ਕੋਈ ਅਲੱਗ ਕੰਮ ਨਹੀਂ ਕਰਦੇ, ਬਲਕਿ ਉਹ ਹਰ ਕੰਮ ਨੂੰ ਅਲੱਗ ਅੰਦਾਜ਼ ਵਿੱਚ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਰੌਣਕ ਪੰਜਾਬ ਦੀ ਟੀਵੀ ਅਤੇ ਮੈਂ ਅਰਪਣ ਲੈ ਕੇ ਹਾਜ਼ਰ ਹਾਂ ਤੁਹਾਡਾ ਪਿਆਰਾ ਪ੍ਰੋਗਰਾਮ ਜਿਹਦਾ ਨਾਮ ਹੈ ਜ਼ਿੰਦਗੀ ਦੇ ਸਫ਼ਰ 'ਚੋਂ। ਇਸ ਸਫ਼ਰ ਦੇ ਵਿੱਚ ਅੱਜ ਅਸੀਂ ਚਾਤ ਪਾਉਣੀ ਹੈ ਫੁੱਟਬਾਲ ਦੇ ਅਰਜੁਨ ਅਵਾਰਡੀ ਸਰਦਾਰ ਗੁਰਦੇਵ ਸਿੰਘ ਗਿੱਲ ਹੋਰਾਂ ਦੇ ਸਫ਼ਰ 'ਚ।
मैं रौनक पंजाब दे चैनल का बहुत बहुत धन्यवादी हाँ जिन्होंने इन्ना टाइम कढ़िया। मैं बहुत बहुत धन्यवाद करदा, बहुत बहुत धन्यवादी हाँ रौनक पंजाब दी जी आयां नूं। अर्जुन अवार्ड खेड दुनिया का सब तो वड्डा ते अहम अवार्ड है। गुरदेव सिंह गिल तीसरे पंजाबी सन जिन्हां 1978 विच इस अवार्ड दे नाल सन्मानिया गया। इस तो पहला सरदार जरनैल सिंह 1964 विच ते सरदार इंदरजीत सिंह जी 1969 विच अर्जुन अवार्ड फुटबाल दे विच मिलिया सी। बड़े दुख की गल है कि हले तक इस लड़ी दे विच चौथा नाम नहीं जुड़ सकिया। आखिर की वजह है पिंडां ते शहरां दी इस हरमन प्यारी खेड नूं पंजाब विच इन्नी तवज्जो क्यों नहीं मिली? मैं समझना कि साडियां सरकारां जां साडा जिहड़ा सिस्टम आ साडे जिहड़े महकमे आ वो उस तरह तवज्जो नहीं दे रहा जिस तरह बाहरले मुल्कां दा आ। जो मैं बाहर जाके देखिया जो उहनां नूं फैसिलिटीज़ आ जो इत्थे साडे फैसिलिटी नहीं है जदों असीं कंपैरिजन करदे आ तां उहनां मुल्कां तों असीं बहुत पिछे हाँ। डाइट पक्षों भी असं बहुत पिछे हाँ। जिन्हें भी चंगे फुटबॉलर हो वर्ल्ड दे विच वो एक नॉर्मल फैमिली चो हो एक भी न्याणा चंगी फैमिली का नहीं होया क्योंकि उन्होंने बचपन चो फिट फैसिलिटी मिल जानी उन्होंने तवज्जो नहीं होंगी। जेड़े गरीब घर के न्याणे मेहनत करते मेहनत करने के बॉडी वधिया बनती है हौली हौली उन्होंने कितना खुराक मिल लग पैंदी आ तकड़े हो के चंगा फुटबॉलर खेलन लग पैंदे आ। पर हिंदुस्तान दे विच हुण जो फैसिलिटीज आ जिद्दां अजकल प्लेयर कहिंदे जी फैसिलिटियां है नहीं सानू मैं मंनदा कि फैसिलिटियां है नहीं कोई गौरमेंट का बहुता है नहीं जिन्ने कि जोगी हैगी वह करी जाती है। फैडरेशन साडियां जिहड़ियां वह भी बहुता एडा तवज्जो नहीं दिंदियां जिन्नियां कि बाहरले मुल्कां दे विच करदियां। जदों तुहानू फैसिलिटी चंगीआं मिलणियां तुसीं ऑटोमैटिकली चंगे स्पोर्ट्समैन बन जाणा वह साडे हाले घाट आ। पर साडे जमाने नालों हुण काफ़ी इंप्रूवमेंट आ पर बच्चों पर भी डिपेंड करता मापियां के नाल नाल बच्चों पर भी डिपेंड करता उन्होंने की करना मापियां का आ कि मापियां ने उन्होंने किस पासे सेध देनी आ। तुसीं देखदे आ यूथ कितना खराब हो रहा साडा नशियां दे विच कितना रुझान उन्होंने हो रहा वो यही आ कि गौरमेंट जो उन्होंने इंप्लॉयमेंट देवे उन्होंने नौकरियां देवे तो वो बिल्कुल इस पासे नूं ना जान। प्रॉब्लम यह है कि नौकरियां मिलनी रही होर कोई फैसिलिटीज़ है नहीं इस करके साडे जिहड़े मुंडे आ उत्थे कलकत्ते मोड़ बगान ईस्टर्न वाल मामलस पुर्टुगल नूं जाई जांदे आ लखां रुपईआं दे उन्हां दे कॉन्टैक्ट आ। इदां ही गोवा च क्लबां आ चलचल बदल हो गई सलगौल हो गई डैम्पू हो गई उन्हां पासे जा के चंगे प्लेयर जिहड़े उधर खेलदे आ उहदा पंजाब नूं नुकसान हुंदा। हुण जिद्दां नैशनल होई आ मिजोरम के नाल फाइनल से अंडर 19 का उत्थे असीं एक गोल ते लीड करते सीगे साडे डिसिपलिन करके और न्याणियां तो दो साडे बंदे कार्ड लैके रैड कार्ड बाहर हो गए और साडे नौ बंदे खेलण दे नाल असीं ओह गोल इकुलाइज करके एक गोल 2-1 ते असीं हुणे आ एक हफ्ता पहलां हारे आ। सरदार गुरदेव सिंह गिल होरां दा जन्म 20-4-1950 नूं पिंड खैरड अस्चर जो कि कस्बा मालपुर दे नेड़े पैंदा है। मालपुर बारे तो तुसी सुनिया ही होवेगा कि जिला हुशियारपुर दा ए ओ कस्बा है जिसनू फुटबाल खेडन वालियां दा मक्का मन्या जांदा है। सरदार गुरदेव सिंह होरां दे पिता सरदार किशन सिंह कुश्ती दे बहुत ही शौकीन सन ते फुटबाल दे खिडारी सन। उन्होंने उस समय कस्बा मालपुर च होण वाला फुटबाल टूरनामेंट मैंगो सीजन भी जितया पर उस समय फुटबॉल केवल पेंडू खेतरां तक ही सीमित सी जिस करके वह इस नूं उच्चे लैवल ते खेडण दी अपनी तांग नूं पूरा नहीं कर सके। पर जद कदे भी वह अपने पुत्तर नूं अंतरराष्ट्री पद्धर ते खेडदे होए देखदे तां उन्हां नूं बहुत ही खुशी हुंदी। गुरदेव सिंह गिल होणा ने फुटबॉल स्कूली जिंदगी तो खेडना शुरू किया ते फिर कॉलेज लैवल ते यूनीवर्सिटी तक भी खेडिया। गुरदेव सिंह गिल होना ने 19 साल की उम्र विच जलंधर लीडर क्लब नूं जॉइन कर लिया ते फिर उस दे विच फुटबॉल खेड के कई तगमे अपने नाम कीते। मेरा नाम गुरदेव सिंह गिल है। मेरे पिता जी का नाम सरदार किशन सिंह गिल। मेरे माता जी जिन्हां दे कुखों मैं पैदा होया श्रीमती चन्नण कौर और मैं पिंड खैरड़ छरवाल जिहड़ा कि मालपुर के इलाके च
ਫੁੱਟਬਾਲ ਦਾ ਗੜ੍ਹ ਆ ਜਿਹੜਾ ਮੈਂ ਉੱਥੇ ਪੈਦਾ ਹੋਇਆ। ਮੈਂ ਡੇਟ ਆਫ ਬਰਥ ਜਿਹੜੀ ਆ ਮੈਂ 20/4/1950 ਨੂੰ ਪੈਦਾ ਹੋਇਆ ਸੀ। ਉਸ ਤੋਂ ਬਾਅਦ ਮੈਂ ਆਪਣੇ ਪਿੰਡ ਦੇ ਸਕੂਲੇ ਖੇਡਿਆ, 64 'ਚ ਮੈਂ ਸਕੂਲ 'ਚ ਖੇਡਣਾ ਸ਼ੁਰੂ ਕਰ ਦਿੱਤਾ ਸੀਗਾ। 66-67 ਦੇ ਵਿੱਚ ਮੈਂ ਰਾਜਪੂਤ ਹਾਈ ਸਕੂਲ ਬਿੰਜੋਂ, ਜਿਹੜਾ ਕਿ 10 ਕੁ ਕਿਲੋਮੀਟਰ 'ਤੇ ਹੈ, ਉੱਥੇ ਖੇਡਣਾ ਸ਼ੁਰੂ ਕੀਤਾ। 9ਵੀਂ 10ਵੀਂ 'ਚ ਮੈਂ ਉੱਥੇ ਖੇਡਿਆ। 67 ਦੇ ਵਿੱਚ ਮੈਂ ਕਾਲਜ ਚਲਾ ਗਿਆ। 67 ਦੇ ਵਿੱਚ ਕਾਲਜ ਤੋਂ ਬਾਅਦ ਮੈਂ ਥੋੜ੍ਹੇ ਚਿਰ ਲਈ ਆਰਮੀ ਦੇ ਵਿੱਚ ਸਿੱਖ ਸੈਂਟਰ ਮੇਰਠ ਜਾ ਕੇ ਭਰਤੀ ਹੋ ਗਿਆ ਔਰ ਕੋਈ 8-9 ਮਹੀਨੇ ਉੱਥੇ ਰਹਿਣ ਦੇ ਬਾਅਦ ਮੈਂ ਫਿਰ ਨੌਕਰੀ ਛੱਡ ਦਿੱਤੀ ਆਰਮੀ ਦੀ। ਉਸ ਦੇ ਬਾਅਦ ਫਿਰ ਮੈਂ ਖਾਲਸਾ ਕਾਲਜ ਮਾਹਲਪੁਰ ਪੜ੍ਹਨਾ ਸ਼ੁਰੂ ਕਰ ਦਿੱਤਾ ਔਰ ਉਹਦੇ ਨਾਲ ਨਾਲ ਮੈਂ ਉਹ ਕਾਲਜ ਦੇ ਲਈ ਖੇਡਿਆ, ਉਹਦਾ ਕੈਪਟਨ ਬਣਿਆ, ਯੂਨੀਵਰਸਿਟੀ ਖੇਡਿਆ 4 ਸਾਲ, ਯੂਨੀਵਰਸਿਟੀ ਦਾ ਕੈਪਟਨ ਬਣਿਆ, ਕਾਲਜ ਕਲਰ ਮਿਲਿਆ, ਯੂਨੀਵਰਸਿਟੀ ਕਲਰ ਮਿਲਿਆ। ਉਸ ਤੋਂ ਬਾਅਦ ਫਿਰ ਨੈਸ਼ਨਲ ਖੇਡਿਆ। ਮੈਂ ਪਹਿਲਾ ਹੀ ਹਿੰਦੁਸਤਾਨੀ ਆ ਜਿਹੜਾ 19 ਸਾਲ ਦੇ ਵਿੱਚ ਆਪਣੀ ਕੰਟਰੀ ਲਈ ਖੇਡਣ ਲੱਗ ਗਿਆ ਸੀ। ਪ੍ਰੈਪ ਦੇ ਵਿੱਚ ਪੜ੍ਹਦਾ ਸੀ ਮੈਂ ਖਾਲਸਾ ਕਾਲਜ ਮਾਹਲਪੁਰ, ਜਦੋਂ ਮੈਂ ਲੀਡਰ ਕਲੱਬ ਜੁਆਇਨ ਕਰ ਲਈ ਔਰ ਉਸ ਤੋਂ ਬਾਅਦ ਮੈਂ ਲਗਾਤਾਰ 70 ਤੋਂ ਲੈ ਕੇ 80 ਤੱਕ ਹਿੰਦੁਸਤਾਨ ਲਈ ਖੇਡਿਆ। 3 ਸਾਲ ਮੈਂ ਹਿੰਦੁਸਤਾਨ ਦਾ ਕਪਤਾਨ ਰਿਹਾ। ਉਸ ਤੋਂ ਬਾਅਦ ਮੈਂ 1978 ਦੇ ਵਿੱਚ ਅਰਜਨ ਅਵਾਰਡ, ਜਿਹੜਾ ਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਸਪੋਰਟਸ ਦਾ ਅਵਾਰਡ ਆ, ਉਹ ਪ੍ਰਾਪਤ ਕੀਤਾ। ਉਸ ਤੋਂ ਬਾਅਦ 85 ਦੇ ਵਿੱਚ ਪੰਜਾਬ ਗੌਰਮੈਂਟ ਨੇ ਮੈਨੂੰ ਆਪਣਾ ਸਟੇਟ ਦਾ ਬੈਸਟ ਅਵਾਰਡ, ਜਿਹੜਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਕੇ ਸਨਮਾਨਿਤ ਕੀਤਾ। ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ, ਦਿੱਲੀ ਜਰਨਲਿਸਟ ਐਸੋਸੀਏਸ਼ਨ ਨੇ ਮੈਨੂੰ ਫੁੱਟਬਾਲ ਆਫ ਦਾ ਮਿਲੇਨੀਅਮ 2000 'ਚ ਅਵਾਰਡ ਦਿੱਤਾ। ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਅਵਾਰਡ ਆ ਪ੍ਰੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ, ਉਹ 2000 ਦੇ ਵਿੱਚ ਮੈਨੂੰ ਮਿਲਿਆ DGP ਪੰਜਾਬ ਵੱਲੋਂ, ਪ੍ਰੈਜੀਡੈਂਟ ਆਫ ਇੰਡੀਆ ਨੇ ਦਿੱਤਾ ਸੀ। ਤਾਂ ਉਸ ਤੋਂ ਬਾਅਦ ਲਗਾਤਾਰ ਮੈਂ ਚੱਲਦਾ ਰਿਹਾ। ਪੰਜਾਬ ਪੁਲਿਸ ਦੇ ਵਿੱਚ ਕੋਈ ਮੈਂ 18-20 ਸਾਲ ਫੁੱਟਬਾਲ ਖੇਡਿਆ। ਪੰਜਾਬ ਲਈ ਮੈਂ 10 ਸਾਲ ਫੁੱਟਬਾਲ ਖੇਡਿਆ, ਹਿੰਦੁਸਤਾਨ ਲਈ ਮੈਂ 10 ਸਾਲ ਫੁੱਟਬਾਲ ਖੇਡਿਆ। 70 ਤੋਂ 80 ਤੱਕ ਜਿਹੜਾ ਮੇਰਾ ਸਪੋਰਟਸ ਕੈਰੀਅਰ ਆ ਉਹ ਸਾਰਾ ਸਪੋਰਟਸ ਦੇ ਵਿੱਚ ਸੀ। ਉਸ ਤੋਂ ਬਾਅਦ ਮੈਂ ਪੰਜਾਬ ਪੁਲਿਸ ਦਾ ਕੋਚ ਲੱਗ ਗਿਆ, ਉਸ ਤੋਂ ਬਾਅਦ ਮੈਂ ਉਹਦਾ ਮੈਨੇਜਰ ਬਣ ਗਿਆ, ਫਿਰ ਮੈਂ ਉਹਦੇ ਬਾਅਦ ਸਪੋਰਟਸ ਸੈਕਟਰੀ ਰਿਹਾ। ਲਾਸਟ 'ਤੇ ਆ ਕੇ ਮੈਂ ਕੋਈ 24-25 ਸਾਲ ਸਰਵਿਸ ਕਰਨ ਤੋਂ ਬਾਅਦ 2008 ਦੇ ਵਿੱਚ ਐਜ ਏ ਕਮਾਂਡੈਂਟ ਟ੍ਰੇਨਿੰਗ ਰਿਟਾਇਰ ਹੋਇਆ। ਸਰਦਾਰ ਗੁਰਦੇਵ ਸਿੰਘ ਗਿੱਲ ਨੇ 12ਵੀਂ ਖਾਲਸਾ ਕਾਲਜ ਮਾਲਪੁਰ ਤੋਂ ਕੀਤੀ। ਉਸ ਸਮੇਂ 12ਵੀਂ ਦੀ ਪੜ੍ਹਾਈ ਨੂੰ FA ਕਹਿੰਦੇ ਸਨ। ਉਸ ਤੋਂ ਬਾਅਦ ਉਹ 1972 ਵਿੱਚ ਵੈਨਕੂਵਰ ਚਲੇ ਗਏ ਅਤੇ ਉੱਥੇ ਜਾ ਕੇ ਗੁਰਦੇਵ ਕੌਰ ਦੇ ਨਾਲ ਵਿਆਹ ਕਰਵਾਇਆ ਅਤੇ 6 ਮਹੀਨੇ ਬਾਅਦ ਫਿਰ ਵਾਪਸ ਪੰਜਾਬ ਆ ਗਏ। ਇੱਥੇ ਆ ਕੇ ਸ਼੍ਰੀਮਤੀ ਜੀ ਨੇ ਟੀਚਰ ਦੀ ਨੌਕਰੀ ਕੀਤੀ ਅਤੇ ਗੁਰਦੇਵ ਸਿੰਘ ਗਿੱਲ ਹੋਰਾਂ ਨੇ ਕਈ ਤਗਮੇ ਅਤੇ ਕਈ ਮੈਡਲ ਅਤੇ ਕਈ ਸਨਮਾਨ ਆਪਣੇ ਨਾਮ ਫੁੱਟਬਾਲ ਦੀ ਖੇਡ ਵਿੱਚ ਕਰਵਾਏ। ਦੋਹਾਂ ਨੇ ਬੱਚਿਆਂ ਦੀ ਬਾਖੂਬੀ ਪਾਲਣਾ ਅਤੇ ਪਰਵਰਿਸ਼ ਕੀਤੀ। ਗੁਰਦੇਵ ਸਿੰਘ ਗਿੱਲ ਦੱਸਦੇ ਨੇ ਕਿ ਸ਼੍ਰੀਮਤੀ ਦੇ ਹੁੰਦਿਆਂ ਉਹਨਾਂ ਨੂੰ ਕਦੇ ਕੋਈ ਪਰਵਾਹ ਨਹੀਂ ਹੁੰਦੀ ਸੀ, ਚਾਹੇ ਉਹ ਵਿਦੇਸ਼ ਖੇਡਣ ਵੀ ਗਏ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਸ਼੍ਰੀਮਤੀ ਜੀ ਨੇ ਘਰ ਨੂੰ ਬਹੁਤ ਵਧੀਆ ਸੰਭਾਲੀ ਰੱਖਿਆ ਹੋਇਆ। ਉਹ ਕਹਿੰਦੇ ਨੇ ਕਿ ਚਾਹੇ ਉਹਨਾਂ ਦੇ ਘਰ ਕਿੰਨੇ ਵੀ ਖਿਡਾਰੀ, ਦੋਸਤ, ਟ੍ਰੇਨਰ ਆ ਜਾਂਦੇ, ਸ਼੍ਰੀਮਤੀ ਜੀ ਨੇ ਕਦੇ ਵੀ ਮੱਥੇ ਵੱਟ ਨਹੀਂ ਪਾਇਆ। ਹੱਸਦੇ ਚਿਹਰੇ ਨਾਲ ਹਰ ਇੱਕ ਨੂੰ ਜੀ ਆਇਆਂ ਨੂੰ ਆਖਦੇ ਅਤੇ ਰੋਟੀ ਪਾਣੀ ਤਿਆਰ ਕਰਕੇ ਖਵਾਉਂਦੇ। ਗੁਰਦੇਵ ਸਿੰਘ ਗਿੱਲ ਹੋਰਾਂ ਨੇ ਸਾਨੂੰ ਭਾਵੁਕ ਹੁੰਦਿਆਂ ਦੱਸਿਆ ਕਿ 1995 ਵਿੱਚ ਸ਼੍ਰੀਮਤੀ ਜੀ ਉਹਨਾਂ ਦੀ ਜ਼ਿੰਦਗੀ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਦੇ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਲਾਈਫ ਪਾਰਟਨਰ ਦੇ ਬਿਨਾਂ ਲਾਈਫ ਜਿਹੜੀ ਆ ਅਧੂਰੀ ਹੋ ਜਾਂਦੀ ਆ। ਤਾਂ ਕੋਸ਼ਿਸ਼ ਕੀਤੀ ਮੈਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਦੀ, ਉਹਨਾਂ ਦੀ ਚੰਗੀ ਪਰਵਰਿਸ਼ ਕਰਨ ਦੀ, ਕਿਉਂਕਿ ਮੇਰੀ ਮੈਡਮ ਆਪ ਹੈੱਡ ਟੀਚਰ ਸੀ, ਉਹ ਇਹੀ ਕਹਿੰਦੀ ਹੁੰਦੀ ਸੀ ਕਿ
ਬੱਚਿਓ ਲੋਕ ਇਹ ਨਾ ਕਹਿਣ ਪੇ ਆ ਗੁਰਦੇਵ ਤਾਂ ਗੁਰਦੇਵ ਕੌਰ ਦੇ ਨਿਆਣੇ ਆ, ਲੋਕ ਇਹ ਕਹਿਣ ਕਿ ਆ ਲੜਕੇ ਗੁਰਦੇਵ ਤਾਂ ਗੁਰਦੇਵ ਕੌਰ ਦੇ ਨਹੀਂ, ਆ ਸੁਰਜੀਤ ਗਿੱਲ ਦੇ ਔਰ ਅਜੀਤਪਾਲ ਗਿੱਲ ਦੇ ਮਾਂ ਪੇ ਆ, ਮਾਂ ਪੇ ਨੂੰ ਯਾਦ ਕਰਕੇ ਨਾ ਸਾਨੂੰ ਯਾਦ ਕਰਨ, ਬੱਚਿਆਂ ਨੂੰ ਯਾਦ ਕਰਕੇ ਕਹਿਣ ਪਏ ਬੱਚਿਆਂ ਦੇ ਇਹ ਮਾਂ ਪੇ ਆ, ਇੱਦਾਂ ਦੇ ਬਣੇ। ਸੋ ਬੱਚੇ ਮੇਰੇ ਬੜਾ ਵਧੀਆ ਪੜ੍ਹੇ, ਬੜਾ ਖਾਲਸਾ ਕਾਲਜ ਜਲੰਧਰ ਤੋਂ ਬੀ ਐੱਸ ਸੀ ਓਨਰ ਕਰਕੇ ਇੱਥੇ ਪੁਲਿਸ ਸਬ ਇੰਸਪੈਕਟਰ ਭਰਤੀ ਹੋਇਆ ਪ੍ਰੋਬੇਸ਼ਨਰ, ਉਸ ਤੋਂ ਬਾਅਦ ਅੱਜ ਕੱਲ੍ਹ ਵੀ ਕਨੇਡਾ ਪੁਲਿਸ ਦੇ ਵਿੱਚ ਪੁਲਿਸ ਆਫਿਸਰ ਆ, ਛੋਟਾ ਇੰਗਲੈਂਡ ਆਪਣੀ ਭੂਆ ਜੀ ਕੋਲ ਇੰਜੀਨੀਅਰਿੰਗ ਕਰਕੇ ਉਹ ਵੀ